तो पहले दसो तुहाडा जन्म होया कित्थे? 1991 च जन्म होया सी अमेरिका दे वेस्ट वर्जीनिया स्टेट दे। जदों मैं 12 साल दा सी मैं फिर पंजाब आया सी। ਕਿਹੜੀ ਚੀਜ਼ ਸੀ ਜਿਹੜੀ ਤੁਹਾਨੂੰ ਪੰਜਾਬ ਦੇ ਖੇਤਾਂ ਵੱਲ ਖਿੱਚ ਕੇ ਲੈ ਆਈ ਉੱਥੇ? ਇੱਕ ਤਾਂ ਆਪਾਂ ਦੁਕਾਨ ਤੇ ਜਾਂਦੇ ਨਾ, ਮੰਨ ਲਓ ਕਿਸੇ ਵੀ ਦੁਕਾਨ ਤੇ ਜਾਓ, ਤੁਸੀਂ ਬੈਠ ਕੇ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਚਾਹ ਪਾਣੀ ਪੁੱਛਦੇ ਨੇ, ਚਾਹ ਤਾਂ ਨਹੀਂ ਪੀਣੀ, ਜੂਸ ਲਿਆਈਏ, ਪਾਣੀ ਕੀ ਸੇਵਾ? ਉੱਥੇ ਨਹੀਂ ਹੈਗਾ, ਉੱਥੇ ਤੁਸੀਂ ਜਾਏਂਗੇ ਨਾ ਦੁਕਾਨ ਦੇ, ਬਸ ਜਿਹੜਾ ਤੈਨੂੰ ਸਮਾਨ ਚਾਹੀਦਾ ਉੱਥੇ ਤੱਕ, ਮਤਲਬ ਵੀ ਸਮਾਨ ਲਿਆਓ ਤੇ ਜਾਓ। ਕਿਵੇਂ ਇੱਕ ਗੋਰਾ ਪੰਜਾਬ ਦੇ ਕਲਚਰ ਦੇ ਨਾਲ ਜੁੜਿਆ, ਪਰਿਵਾਰ ਅਮੈਰੀਕਾ ਦੇ ਵਿੱਚ ਰਹਿੰਦਾ ਹੈ ਤਾਂ ਜਨਮ ਅਮੈਰੀਕਾ ਦੇ ਵਿੱਚ ਹੋਇਆ, ਫਰਕ ਕਿੰਨਾ ਹੈ ਦੋਵੇਂ ਕਲਚਰਾਂ ਦਾ ਅਮੈਰੀਕਾ ਤੇ ਪੰਜਾਬ ਦੇ ਕਲਚਰ ਦੇ ਵਿੱਚ? ਫਰਕ ਬਹੁਤ ਹੈ। ਪੰਜਾਬ ਦੇ ਵਿੱਚ ਬਹੁਤ ਫੈਮਿਲੀ ਓਰੀਐਂਟਡ ਹੈ ਵੀ ਅਸੀਂ ਪਰਿਵਾਰਾਂ ਨਾਲ ਜੁੜ ਕੇ ਰਹੀਏ, ਬਾਹਰ ਓਨਾ ਨਹੀਂ ਹੈਗਾ। ਮੋਸਟਲੀ ਕਿ ਜਿੱਥੇ ਜਿਹੜੇ ਜੀ ਤੁਹਾਡੇ ਘਰ ਦੇ ਅੰਦਰ ਨੇ ਉਹੀ ਪਰਿਵਾਰ ਹੁੰਦਾ, ਬਾਕੀ ਤਾਂ ਫਿਰ ਬਹੁਤ ਘੱਟ ਹੈ। ਵੀ ਸਾਲ ਬਾਅਦ ਕਿਤੇ ਮਿਲੇ ਤਾਂ ਮਿਲੇ, ਇੱਥੇ ਤਾਂ ਫਿਰ ਦੂਜੇ ਦਿਨ ਕਿਸੇ ਨਾ ਗੱਲ ਕਰਦੇ ਰਹਿੰਦਾ। ਜਿਹੜੇ ਬਾਹਰ ਦੇ ਲੋਕ ਨੇ ਉਹ ਪੈਂਟ ਸ਼ਰਟ ਜ਼ਿਆਦਾ ਪਾਉਂਦੇ ਜਾਂ ਟੀ ਸ਼ਰਟ ਪਾ ਲਈ ਜਾਂ ਹੋਰ ਚੀਜ਼ਾਂ ਪਾ ਲਈ, ਤੁਸੀਂ ਪੰਜਾਬੀ ਕੁੜਤਾ ਪਜਾਮਾ ਪਾਇਆ, ਨੋਕ ਵਾਲੀ ਜੁੱਤੀ ਪਾਈ ਹੈ। ਤੁਹਾਡੇ ਮੰਮੀ ਡੈਡ ਬਾਹਰ ਰਹਿੰਦੇ ਨੇ, ਉਹਨਾਂ ਨੂੰ ਤੁਸੀਂ ਕਿਹਾ ਨਹੀਂ ਵੀ ਆ ਜਾਓ ਹੁਣ ਤਾਂ ਪੰਜਾਬ ਆਪਾਂ ਸੰਭਾਲ ਲਈਏ, ਪੰਜਾਬ ਆਪਾਂ ਇੱਥੇ ਆਪਣਾ ਇੱਕ ਛੋਟਾ ਜਿਹਾ ਪੰਜਾਬ ਵਸਾਉਂਦੇ ਹਾਂ ਨਾ, ਪੰਜਾਬ ਵਸਿਆ ਹੋਇਆ ਜਿੱਥੇ। ਖੇਤੀ ਕਿੰਨੀ ਹੋ ਰਹੀ, ਕਿੰਨੀ ਕੁ ਜ਼ਮੀਨ ਹੈ ਤੁਹਾਡੀ? ਆਪਣੇ 46 ਕਿੱਲੇ ਜ਼ਮੀਨ ਹੈ, ਆਪਣੇ 35 ਇੱਧਰਲੇ ਪਾਸੇ ਆ ਅਤੇ ਫਿਰ ਆਪਣੇ ਲੈਂਡ ਪਾਰ 10 ਕਿੱਲੇ ਹੈਗੇ। ਬਿਜ਼ਨਸ ਸਾਡੇ ਬਾਹਰ ਟਰੱਕਾਂ ਦਾ ਆ, ਸਾਡੇ 60 ਟਰੱਕ ਚੱਲਦੇ ਨੇ। ਪੰਜਾਬ ਭੇਜਣ ਦਾ ਫੈਸਲਾ ਤੁਹਾਡੀ ਮੰਮੀ ਦਾ ਸੀ ਜਾਂ ਤੁਹਾਡੇ ਪਾਪਾ ਦਾ ਸੀ? ਪਾਪਾ ਦਾ ਸੀ, ਉਹ ਕਹਿੰਦੇ ਸੀ ਵੀ ਚੱਲ ਜਾ ਕੇ ਪਤਾ ਲੱਗੇ, ਥੋੜ੍ਹਾ ਜਿਹਾ ਵਿਰਸਾ ਬਾਰੇ ਪਤਾ ਲੱਗੇ, ਕਲਚਰ। ਮਾਂ ਨੇ ਭੇਜਤਾ ਸੀ ਇੰਨੀ ਦੂਰ, ਹੈ ਨਾ, 7 ਸਮੁੰਦਰੋਂ ਪਾਰ ਦੀ ਗੱਲ ਹੁੰਦੀ ਹੈ ਨਾ, ਮਾਂ ਦੇ ਲਈ ਕਿੰਨਾ ਕੁ ਔਖਾ ਫੈਸਲਾ ਸੀ? ਔਖਾ ਸੀ ਉਹ, ਫਿਰ ਆਪਣਾ ਥੋੜ੍ਹੇ ਡਿਬੇਟ ਹੋਏ ਸੀ ਘਰ ਦੇ ਵਿੱਚ ਵੀ ਜਾਵੇ ਨਾ ਜਾਵੇ, ਅਤੇ ਆਪਣੇ ਤਾਈ ਵੀ ਹੈ ਅਤੇ ਉਹਨਾਂ ਨਾਲ ਵੀ ਬਹੁਤ ਬਣਦੀ ਸੀ। ਦਾਦੀ ਤਾਂ ਮੇਰੇ ਇੱਦਾਂ ਨੇ ਵੀ ਸਾਰਿਆਂ ਨੂੰ ਪਿਆਰ ਕਰਦੇ, ਇੱਦਾਂ ਦਾ ਕੋਈ ਨਹੀਂ। ਮੈਨੂੰ ਐਂ ਨਹੀਂ ਫੀਲ ਹੋਇਆ ਵੀ ਮੈਂ ਕਿਤੇ ਉਪਰਾ ਤਾਂ ਆਇਆ ਵੀ ਕਿਤੇ ਹੋ ਵੀ। ਮਹਿਸੂਸ ਕੀ ਕਰਦੇ ਹੋ ਜਦੋਂ ਦਰਬਾਰ ਸਾਹਿਬ ਜਾਂਦੇ ਹੋ, ਕੀ ਮਹਿਸੂਸ ਹੁੰਦਾ ਉੱਥੇ? ਕਿਉਂਕਿ ਬਹੁਤ ਰੂਹਾਨੀਅਤ ਦਾ ਕੇਂਦਰ ਆ, ਹਰ ਕੋਈ ਬੰਦਾ ਉੱਥੇ ਆਪਣੀ ਮਨੋਕਾਮਨਾ ਲੈ ਕੇ ਜਾਂਦਾ, ਆਪਣੇ ਰੂਹ ਨੂੰ ਸਕੂਨ ਲੈਣ ਉੱਥੇ ਜਾਂਦਾ, ਕੀ ਮਹਿਸੂਸ ਕਰਦੇ ਹੋ? ਮੈਨੂੰ ਤਾਂ ਸ਼ਾਂਤੀ ਹੁੰਦੀ ਹੈ ਜਾ ਕੇ ਵੀ, ਮਨ ਨੂੰ ਜਿੱਦਾਂ ਮਤਲਬ ਪੂਰਾ ਬੋਝ ਹੋਵੇ ਨਾ ਬੰਦੇ 'ਤੇ ਵੀ ਮੇਰੇ ਆਹ ਵੀ ਹੈਗੇ, ਇੱਧਰ ਵੀ ਟਰੱਕ ਫਸੇ ਨੇ, ਇੱਧਰੋਂ ਜ਼ਮੀਨ ਦਾ ਵੀ ਇਹ ਜੋ ਵੀ ਸਾਰਾ ਕੁਛ ਖਤਮ ਹੋ ਜਾਂਦਾ ਜਾ ਕੇ, ਵੀ ਬੰਦੇ ਜਿੱਥੇ ਜਦੋਂ ਬਹਿ ਜਾਂਦੇ ਨੇ ਜੇ ਘੰਟਾ ਉੱਥੇ ਬੈਠੇ ਰਹੋ ਤਾਂ ਮਨ ਨੂੰ ਸ਼ਾਂਤੀ ਹੈ ਵੀ ਕੋਈ ਉਹ ਇਹ ਵੀ ਸਾਰਾ ਕੁਛ ਆਪੀ ਸਹੀ ਹੋ ਜਾਏਗਾ। ਅਸੀਂ ਤੁਹਾਨੂੰ ਅੱਜ ਰਾਜ ਸਿੰਘ ਪੰਗੂ ਦੇ ਨਾਲ ਮਿਲਾਉਣ ਜਾ ਰਹੇ ਹਾਂ, ਜਿਨ੍ਹਾਂ ਦਾ ਜਨਮ ਅਮੈਰੀਕਾ ਦੇ ਵਿੱਚ ਹੋਇਆ 1991 ਦੇ ਵਿੱਚ, ਪਰ ਅੱਜ ਪੰਜਾਬ ਦੀ ਧਰਤੀ ਦੇ ਵਿੱਚ ਰਹਿੰਦੇ ਨੇ। ਲਹਿਰਾ ਗਾਗਾ ਦੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਆਪਣਾ ਜਿਹੜਾ ਉਹਨਾਂ ਨੇ ਘਰ ਬਣਾਇਆ ਅਤੇ ਖੁਦ ਖੇਤੀ ਕਰਦੇ ਨੇ, ਆਪਣੇ ਹੀ ਹੱਥਾਂ ਦੇ ਨਾਲ ਟਰੈਕਟਰ ਚਲਾਉਂਦੇ ਨੇ। ਤਾਂ ਜਦੋਂ ਝੋਨੇ ਦੀ ਫਸਲ ਲਗਾਈ ਤਾਂ ਉਹ ਨੱਕੇ ਵੀ ਜਦੋਂ ਲਗਾਏ ਨੇ, ਤਾਂ ਪੰਜਾਬ ਦੇ ਵਿੱਚ ਰਹਿੰਦੇ ਹੋਏ ਪੜ੍ਹਾਈ ਕੀਤੀ, ਤਾਂ ਪਰਿਵਾਰ ਅਮੈਰੀਕਾ ਦੇ ਵਿੱਚ ਰਹਿੰਦਾ ਹੈ, ਤਾਂ ਜਨਮ ਅਮੈਰੀਕਾ ਦੇ ਵਿੱਚ ਹੋਇਆ, ਤਾਂ ਕਿਵੇਂ ਇੱਕ ਗੋਰਾ ਪੰਜਾਬ ਦੇ ਕਲਚਰ ਦੇ ਨਾਲ ਜੁੜਿਆ, ਪੰਜਾਬ ਦੀ ਮਿੱਟੀ ਦੇ ਨਾਲ ਜੁੜਿਆ, ਪੰਜਾਬ ਦੇ ਖੁਸ਼ਬੂ ਦੇ ਨਾਲ ਜੁੜਿਆ, ਤਾਂ ਉਹ ਕਿਹੜੀਆਂ ਚੀਜ਼ਾਂ ਸੀ ਜਿਹੜੀਆਂ ਇਹਨਾਂ ਨੂੰ ਪੰਜਾਬ ਖਿੱਚ ਲਿਆਈਆਂ? ਸਾਡੇ ਨਾਲ ਇਸ ਖਾਸ ਇੰਟਰਵਿਊ ਦੇ ਵਿੱਚ ਮੌਜੂਦ ਨੇ ਰਾਜ ਸਿੰਘ ਪੰਗੂ, ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਵੇਂ ਚੜ੍ਹਦੀ ਕਲਾ 'ਚ? ਹਾਂਜੀ, ਬੜੀ ਚੜ੍ਹਦੀ ਕਲਾ 'ਚ। ਸਭ ਤੋਂ ਪਹਿਲਾਂ ਦੱਸੋ ਤੁਹਾਡਾ ਜਨਮ ਹੋਇਆ ਕਿੱਥੇ, ਅਮੈਰੀਕਾ ਦੇ ਵਿੱਚ ਕਿਹੜੇ ਇਲਾਕੇ ਦੇ ਵਿੱਚ, ਕਿੰਨੇ ਸਾਲ 'ਚ ਹੋਇਆ? ਮੇਰੇ 1991 'ਚ ਜਨਮ ਹੋਇਆ ਸੀ ਅਮੈਰੀਕਾ ਦੇ ਵੈਸਟ ਵਰਜੀਨੀਆ ਸਟੇਟ ਦੇ ਵਿੱਚ ਜੀ। ਹਾਂਜੀ, ਅਤੇ ਜਦੋਂ ਮੈਂ 12 ਸਾਲ ਦਾ ਸੀ ਮੈਂ ਫਿਰ ਪੰਜਾਬ ਆਇਆ ਸੀ, ਅਤੇ ਪੰਜਾਬ ਆ ਕੇ ਮੈਂ 6 ਸਾਲ ਰਿਹਾ, 2 ਸਾਲ ਜਲੰਧਰ ਪੜ੍ਹਿਆ, 4 ਸਾਲ ਮੈਂ ਰੋਪੜ ਪੜ੍ਹਿਆ, ਅਤੇ ਉਸ ਤੋਂ ਬਾਅਦ ਫਿਰ ਬਾਹਰ ਚਲੇ ਗਏ ਸੀ। ਜਦੋਂ 12 ਸਾਲ ਦੇ ਤੁਸੀਂ ਉੱਥੇ, ਤੁਹਾਨੂੰ ਪੰਜਾਬੀ ਆਉਂਦੀ ਸੀ ਅਮੈਰੀਕਾ ਦੇ ਵਿੱਚ? ਨਹੀਂ, ਬਿਲਕੁਲ ਨਹੀਂ, ਕੁਝ ਨਹੀਂ ਆਉਂਦਾ ਸੀ ਨਾ। ਇੱਥੇ ਆ ਕੇ ਮੈਂ ਥੋੜ੍ਹੇ ਔਖਾ ਹੋਇਆ ਸੀ ਸ਼ੁਰੂ 'ਚ, ਪਰ ਸਕੂਲ ਜਾ ਕੇ ਬੱਚਿਆਂ ਨਾਲ ਰਹਿ ਕੇ ਬੰਦਾ ਬਹੁਤ ਛੇਤੀ ਪਿੱਕ ਕਰ ਲੈਂਦਾ, ਫਿਰ ਮੈਂ ਛੇਤੀ ਸਿੱਖ ਗਿਆ ਸੀ। ਬੇਸ ਜਾਣੀ ਕਿ ਉੜਿਆੜੇ ਤੋਂ ਸਟਾਰਟ ਕੀਤਾ ਤੁਸੀਂ? ਮੈਂ ਉੜਿਆੜਾ ਤੋਂ ਉਹ ਵੀ ਨਹੀਂ, ਮੈਂ 10ਵੀਂ 'ਚ ਜਾ ਕੇ ਉੜਿਆੜਾ ਸਟਾਰਟ ਕੀਤਾ ਸੀ, ਵੈਸੇ ਬੋਲਣਾ ਹੀ ਸਿੱਖਿਆ ਸੀ ਮੈਂ ਪਹਿਲਾਂ ਬੋਲਣਾ ਸੀ। ਹਾਂ, ਬੋਲ ਕੇ ਫਿਰ ਮੁੜ ਕੇ 10ਵੀਂ ਦੇ ਕਲਾਸ ਦੇ ਵਿੱਚ, ਫਿਰ ਉੱਥੋਂ ਤੁਹਾਨੂੰ ਪਤਾ ਬੋਰਡ ਦੇ ਪੇਪਰ ਨੇ, ਬੋਰਡ ਦੇ ਪੇਪਰ ਦੇਣ ਲੱਗੇ ਅਤੇ ਫਿਰ ਉਹ ਕਹਿੰਦੇ ਤੈਨੂੰ ਪੰਜਾਬੀ ਸਿੱਖਣੀ ਪੈਣੀ ਹੈ, ਅਤੇ ਫਿਰ ਉਹ ਮੈਂ 10ਵੀਂ ਦੇ ਕਲਾਸ ਦੇ ਵਿੱਚ, ਲੋਕ ਉਹ ਦੂਜੇ ਮੁੰਡੇ ਜਾਂਦੇ ਨੇ ਉਹਦੇ 'ਚ ਅਸੈਂਬਲੀ 'ਚ, ਫਿਰ ਮੇਰੇ ਵੱਖਰੇ ਸਵੇਰੇ ਕਲਾਸ ਲਵਾਉਂਦੇ ਹੁੰਦੇ ਸੀ ਪੰਜਾਬੀ ਉੜਾੜੇ ਦੇ। ਅਤੇ ਕਿੰਨੀ ਪੜ੍ਹਾਈ ਕੀਤੀ ਤੁਸੀਂ ਟੋਟਲ? ਮੈਂ ਆਪਣਾ ਬਾਹਰ ਯੂਨੀਵਰਸਿਟੀ ਲੈਵਲ ਕੀਤੀ ਹੈ, ਬਾਕੀ ਫਿਰ ਫੈਮਿਲੀ ਬਿਜ਼ਨਸ 'ਚ ਪੈ ਗਏ। ਓਕੇ, ਹਾਂਜੀ। ਅਤੇ ਜਦੋਂ ਉੱਥੇ ਰਹਿੰਦੇ ਸੀ ਅਮੈਰੀਕਾ ਦੇ ਵਿੱਚ, ਉੱਥੇ ਘਰ ਦੇ ਵਿੱਚ ਪੰਜਾਬੀ ਬੋਲੀ ਜਾਂਦੀ ਸੀ?
ਸਾਡੇ ਮੰਮੀ ਡੈਡੀ ਤਾਂ ਇੰਗਲਿਸ਼ ਬੋਲਦੇ ਨੇ, ਡੈਡੀ ਜਦੋਂ ਚਾਚੇ ਤਾਏ ਨਾਲ ਗੱਲ ਕਰਦੇ ਉਦੋਂ ਪੰਜਾਬੀ 'ਚ ਹੁੰਦੇ ਸੀ, ਪਰ ਜ਼ਿਆਦਾ ਅਸੀਂ ਮੇਰੇ ਨਾਲ ਤਾਂ ਇੰਗਲਿਸ਼ 'ਚ ਗੱਲ ਕਰਦੇ ਹੁੰਦੇ ਸੀ ਕਿਉਂਕਿ ਆਉਂਦੇ ਇੰਗਲਿਸ਼ ਸੀ। ਅਤੇ ਜਦੋਂ ਇੱਥੇ ਆ ਕੇ ਪੰਜਾਬੀ ਸਿੱਖ ਕੇ ਵਾਪਸ ਗਿਆ ਸੀ ਫਿਰ ਪੰਜਾਬੀ ਉਹ ਚੱਲਦੇ ਸੀ ਉਸ ਤੋਂ ਬਾਅਦ। ਓਕੇ, ਅਤੇ ਤੁਹਾਡੇ ਜਿਹੜੇ ਫਾਦਰ ਸਾਹਿਬ ਨੇ ਉਹ ਪੰਜਾਬੀ ਨੇ? ਹਾਂਜੀ। ਮੰਮਾ? ਮੰਮੀ ਬਾਹਰ ਦੇ। ਮੰਮਾ ਬਾਹਰ ਦੇ। ਹਾਂਜੀ। ਅਤੇ ਉਸ ਤੋਂ ਬਾਅਦ ਫਿਰ ਅਗਲਾ ਸਫ਼ਰ ਕਿਵੇਂ ਚੱਲਦਾ, ਕਿਵੇਂ ਤੁਹਾਨੂੰ ਪੰਜਾਬ ਦੇ ਖੇਤਾਂ ਦੇ ਨਾਲ ਪਿਆਰ ਹੋ ਜਾਂਦਾ, ਕਿਵੇਂ ਤੁਸੀਂ ਖੇਤੀ ਦੇ ਨਾਲ ਜੁੜ ਜਾਂਦੇ ਹੋ, ਉਹ ਕਿਹੜੀ ਚੀਜ਼ ਸੀ ਜਿਹੜੀ ਤੁਹਾਨੂੰ ਪੰਜਾਬ ਦੇ ਖੇਤਾਂ ਵੱਲ ਖਿੱਚ ਕੇ ਲੈ ਆਈ ਉੱਥੋਂ? ਜਦੋਂ ਅਸੀਂ ਗਰਮੀ ਦੇ ਛੁੱਟੀਆਂ 'ਚ ਘਰ ਹੁੰਦੇ ਸੀ ਉਦੋਂ ਅਸੀਂ ਵੇਖਦੇ, ਸਾਡੇ ਦਾਦੇ ਵਾਈ ਕਰਦੇ ਸੀ, ਅਸੀਂ ਨਾਲ ਬਹਿ ਕੇ ਕਰਦੇ ਹੁੰਦੇ ਸੀ, ਨਾਲ ਜਾਂਦੇ ਹੁੰਦੇ ਸੀ, ਜਿੱਥੇ ਵੀ ਜੋ ਵੀ ਕਰਨਾ ਉਹਨਾਂ ਨੇ ਨਾਲ ਹੀ ਜਾ ਕੇ ਕਰਨਾ ਹੁੰਦਾ ਸੀ। ਅਤੇ ਫਿਰ ਉਹਦੇ ਨਾਲ ਫਿਰ ਦਾਦੇ ਦਾ ਪਿਆਰ ਵੀ ਹੈ, ਅਤੇ ਬਸ ਉਹਦੇ ਨਾਲ ਨਾਲ ਅਸੀਂ ਵੀ ਸਾਡਾ ਵੀ ਪਿਆਰ ਹੋ ਹੀ ਗਿਆ। ਖੇਤੀ ਆਪ ਕਰਦੇ ਹੋ ਸਾਰੀ? ਹਾਂਜੀ। ਟਰੈਕਟਰ ਵੀ ਖੁਦ ਚਲਾਉਂਦੇ ਹੋ? ਟਰੈਕਟਰ ਵੀ। ਕਿਹੜੇ ਚੀਜ਼ਾਂ ਆਪ ਕਰਦੇ ਹੋ? ਜ਼ਿਆਦਾ ਤਾਂ ਅਸੀਂ ਕੋਸ਼ਿਸ਼ ਕਰਦੇ ਵੀ ਜਿੰਨਾ ਵੀ ਅਸੀਂ ਆਪ ਕਰ ਸਕਦੇ ਸੀ ਕਰਦੇ ਹੁੰਦੇ ਹਾਂ, ਅਤੇ ਵਾਈ ਕਰਦੇ ਆ ਜਦੋਂ ਆਪਣਾ ਜੀਰੀ ਲਾਉਣ ਲੱਗ ਰਹੇ ਅਤੇ ਕੱਦੂ ਲਵਾਉਂਦੇ ਹਾਂ, ਸਾਰਾ ਕੁਛ ਕਰਦੇ ਹਾਂ। ਘਰ ਦੇ ਵਿੱਚ ਹੋਰ ਕੌਣ ਕੌਣ ਹੈ? ਘਰ ਦੇ ਵਿੱਚ ਇੱਥੇ ਪੰਜਾਬ 'ਚ? ਪੰਜਾਬ 'ਚ। ਪੰਜਾਬ 'ਚ ਦਾਦੀ ਹੈ, ਤਾਈ, ਤਾਇਆ, ਵਾਈਫ, ਮੇਰੀ ਛੋਟੀ ਭੈਣ ਹੈ ਅਤੇ ਮੇਰੀ ਛੋਟੀ ਕੁੜੀ ਹੈ। ਬੇਟੀ ਤੁਹਾਡੀ ਕਿੰਨੀ ਸਾਲ ਦੀ? ਉਹ 5 ਸਾਲ ਦੀ ਹੈ। ਕਦੋਂ ਵਿਆਹ ਤੁਹਾਡਾ ਕਦੋਂ ਹੁੰਦਾ ਫਿਰ? 2012 'ਚ ਹੋਇਆ ਸੀ ਵਿਆਹ। ਕਿਵੇਂ ਤੁਸੀਂ ਨੇ ਆਪ ਡਿਸਾਈਡ ਕੀਤਾ, ਕਿਉਂਕਿ ਬਾਹਰਲੇ ਜਿਹੜੇ ਮੁਲਕਾਂ 'ਚ ਜੰਮੇ ਹੁੰਦੇ ਨੇ ਬੱਚੇ ਜਾਂ ਗੋਰੇ ਹੁੰਦੇ, ਇਹਨਾਂ ਨੂੰ ਆਜ਼ਾਦੀ ਹੁੰਦੀ ਆ? ਉਹ ਤਾਂ ਅਸੀਂ ਅਰੇਂਜ ਮੈਰਿਜ ਸੀ, ਤਾਇਆ ਨੇ ਕਰਵਾਇਆ ਸੀ। ਓਕੇ। ਹਾਂਜੀ। ਅਤੇ ਤਾਇਆ ਨੇ ਕਿਹਾ ਸੀ ਵੀ ਆ ਕੁੜੀ ਹੈ, ਤੁਸੀਂ ਵੇਖ ਲਓ ਰਿਸ਼ਤਾ ਕਰਨਾ। ਅਤੇ ਪੰਜਾਬੀ ਕੁੜੀ? ਹਾਂਜੀ, ਪੰਜਾਬੀ ਕੁੜੀ ਸੀ। ਅਤੇ ਉਸ ਤੋਂ ਬਾਅਦ ਹੋਰ ਕੀ ਕੰਮ ਕਰਦੇ ਫਿਰ? ਬਿਜ਼ਨਸ ਕਿਸ ਕਿਸ ਚੀਜ਼ ਦਾ ਬਿਜ਼ਨਸ ਹੈ? ਬਿਜ਼ਨਸ ਸਾਡੇ ਬਾਹਰ ਟਰੱਕਾਂ ਦਾ, ਸਾਡੇ 60 ਟਰੱਕ ਚੱਲਦੇ ਨੇ, ਅਤੇ ਅਸੀਂ ਵੀ ਉੱਥੇ ਇੰਪਲੋਈ ਵੀ ਪੰਜਾਬੀ ਜ਼ਿਆਦਾ ਰੱਖੇ ਹੋਏ ਨੇ। ਜੇ ਤੁਸੀਂ ਬਾਹਰ ਰਹਿੰਦੇ ਤਾਂ ਤੁਹਾਨੂੰ ਪਤਾ ਹੀ ਹੈ ਕਿ ਜਿੰਨੇ ਵੀ ਜ਼ਿਆਦਾ ਮੁੰਡੇ ਜਿਹੜੇ ਕੰਮ ਕਰਦੇ ਉਹ ਟਰੱਕਾਂ 'ਚ ਹੀ ਕਰਦੇ ਨੇ। ਬਿਲਕੁਲ। ਤਾਂ ਫਿਰ ਸਾਡੇ ਵਿੱਚ ਪਾਕਿਸਤਾਨੀ ਪੰਜਾਬੀ ਵੀ, ਆਪਣੇ ਇੰਡੀਆ ਦੇ ਪੰਜਾਬੀ ਵੀ ਹੈਗੇ, ਦੋਨੋਂ ਇਕੱਠੇ ਅਸੀਂ ਰੱਖੇ ਹੋਏ ਨੇ। ਉਹਨਾਂ ਨੂੰ ਜ਼ਿਆਦਾ ਜਾਣੀ ਕੰਮ ਦਿੱਤਾ ਹੋਇਆ? ਹਾਂਜੀ, ਉਹਨਾਂ ਨੂੰ ਜ਼ਿਆਦਾ ਕੰਮ ਦਿੱਤਾ ਹੋਇਆ। ਚੁਣੌਤੀਆਂ ਕਿੰਨੀਆਂ ਕੁ ਆਈਆਂ ਸਟਾਰਟਿੰਗ ਦੇ ਦੌਰ ਦੇ ਵਿੱਚ? ਇੱਕ ਆਪਣੇ ਕਲਚਰ ਨੂੰ ਛੱਡ ਕੇ ਦੂਜੇ ਕਲਚਰ ਦੇ ਵਿੱਚ ਮਿਕਸ ਹੋਣਾ, ਹੈ ਨਾ? ਤੁਸੀਂ ਅਮੈਰੀਕਾ ਦੇ ਵਿੱਚ ਜਨਮੇ ਸੀ, ਉਸ ਕਲਚਰ ਦੇ ਵਿੱਚ ਵੱਡੇ ਹੋਏ, 12 ਸਾਲ ਦੀ ਉਮਰ ਵੀ ਕਾਫੀ ਹੋ ਜਾਂਦੀ ਹੈ ਨਾ, ਕਿੰਨੇ ਕੁ ਚੁਣੌਤੀਆਂ ਰਹੀਆਂ, ਕਿਵੇਂ ਉਹ ਚੀਜ਼ ਨੂੰ, ਸਾਰੀ ਚੀਜ਼ ਨੂੰ ਮੈਨੇਜ ਕੀਤਾ ਤੁਸੀਂ? ਸ਼ੁਰੂ 'ਚ ਇਹੀ ਸੀ ਕਿ ਆਪਾਂ ਜਿੱਦਾਂ ਕਿਸੇ ਦੇ ਨਾਲ ਬਹਿਣਾ, ਕਿਸੇ ਦੇ ਨਾਲ ਉੱਠਣਾ, ਉਹ ਸਾਰਾ ਕੁਛ ਫਿਰ ਕਰਦੇ ਨੇ, ਬਹੁਤ ਹੈਲਪ ਕੀਤੀ ਸੀ ਇਸ ਗੱਲ ਦੇ ਵਿੱਚ। ਫਿਰ ਉਹਨਾਂ ਨੇ ਇੱਕ ਤਾਂ ਹੁੰਦਾ ਵੀ ਟੋਕੀ ਜਾਣਾ, ਟੋਕੀ ਜਾਣਾ, ਉਹ ਨਹੀਂ ਕੰਮ ਕੀਤਾ, ਵੀ ਪਿਆਰ ਨਾਲ ਬਹਿ ਕੇ ਸਮਝਾਉਂਦੇ ਸੀ ਵੀ ਇੱਦਾਂ ਨਹੀਂ, ਆਪਾਂ ਇੱਦਾਂ ਕਰਨਾ, ਵੀ ਇੱਥੇ ਨਾ ਸਿਸਟਮ ਹੋਰ ਹੈ। ਫਿਰ ਉਸ ਚੀਜ਼ 'ਚ ਫਿਰ ਰਹਿ ਕੇ, ਫਿਰ ਇੱਕ ਤਾਂ ਹੋਸਟਲ ਲਾਈਫ ਦੇ ਵਿੱਚ ਰਹਿ ਕੇ, ਮੈਂ ਹੋਸਟਲ ਪੜ੍ਹਿਆ ਸੀ, ਹੋਸਟਲ 'ਚ ਰਹਿ ਕੇ ਦੂਜੇ ਮੁੰਡੇ ਨਾਲ ਗੱਲਬਾਤ ਕਰਕੇ ਉਦੋਂ ਵੀ ਨੌਲੇਜ ਬਹੁਤ ਹੁੰਦੇ ਸੀ ਫਿਰ। ਅਤੇ ਪ੍ਰੋਬਲਮ ਬਹੁਤ ਆਏ ਸੀ, ਹੌਲੀ ਹੌਲੀ ਜਿੱਦਾਂ ਕਵਰ ਕੀਤਾ ਸਾਰਾ ਕੁਛ। ਖੇਤੀ ਕਿੰਨੀ ਹੋ ਰਹੀ, ਕਿੰਨੀ ਕੁ ਜ਼ਮੀਨ ਹੈ ਤੁਹਾਡੀ? ਆਪਣੇ 46 ਕਿੱਲੇ ਜ਼ਮੀਨ ਹੈ, ਆਪਣੇ 35 ਇੱਧਰਲੇ ਪਾਸੇ ਆ, ਅਤੇ ਫਿਰ ਆਪਣੇ ਲੈਂਡ ਪਾਰ 10 ਕਿੱਲੇ ਹੈਗੇ। ਸਾਰੀ ਆਪ ਕਰਦੇ ਹੋ ਖੇਤੀ? ਹਾਂਜੀ। ਕਿਹੜੀ ਕਿਹੜੀ ਫਸਲ ਲਗਾਉਂਦੇ? ਅਸੀਂ ਜ਼ਿਆਦਾ ਤਾਂ ਉਹੀ ਹੁੰਦੇ, ਆਪਣਾ ਕਣਕ ਅਤੇ ਜੀਰੀ ਲਾਉਂਦੇ ਹਾਂ, ਅਤੇ ਮੂੰਗੀ ਵੀ ਲਾ ਲੈਂਦੇ ਹਾਂ, ਅਤੇ ਛੱਲੀਆਂ ਵੀ ਲਾ, 2-3 ਕਿੱਲੇ ਛੱਲੀਆਂ ਲਾ ਲੈਂਦੇ ਹਾਂ। ਹੁਣ ਜ਼ਿਆਦਾ ਲਗਾਅ ਕਿੱਥੇ ਰਹਿੰਦਾ ਤੁਹਾਡਾ? ਜਿਵੇਂ ਬਾਹਰ ਚਲੇ ਜਾਂਦੇ ਹੋ, ਖਿੱਚ ਜੀ ਪੈਂਦੀ ਹੁੰਦੀ ਹੈ ਵੀ ਹਾਂ ਯਾਰ ਆਪਾਂ ਉੱਥੇ ਚੱਲੀਏ, ਉਹ ਖਿੱਚ ਜੀ ਕਿਵੇਂ ਬਣ? ਖਿੱਚ ਤਾਂ ਬਸ ਇੱਧਰ ਦਾ ਹੀ ਹੈ, ਜਦੋਂ ਆਪਾਂ ਗਰਮੀ ਛੁੱਟੀਆਂ 'ਚ ਇੱਥੇ ਹੁੰਦੇ ਸੀ, ਦੀਵਾਲੀ ਛੁੱਟੀਆਂ 'ਚ ਇੱਥੇ ਹੁੰਦੇ ਸੀ ਘਰ, ਸਾਰੇ ਇੱਥੇ ਸਾਰੇ ਜਾਣਦੇ ਨੇ ਪਿੰਡ ਦੇ ਵਿੱਚ, ਅਤੇ ਜਿਹੜਾ ਵੀ ਆਉਂਦਾ ਕੋਈ ਕਹਿੰਦਾ ਸਾਡੇ ਘਰ ਆ ਜਾਓ, ਚਾਹ ਪੀ ਕੇ ਜਾਓ, ਫਿਰ ਖਿੱਚ ਹੁੰਦੀ ਹੈ ਵੀ ਚੱਲ ਇੱਥੇ ਪਿਆਰ ਮਿਲਦਾ, ਇੱਥੇ ਜਾ ਕੇ ਉੱਥੇ ਜਿੱਥੇ ਤੁਹਾਨੂੰ ਬੰਦੇ ਨੂੰ ਪਿਆਰ ਮਿਲ ਉੱਥੇ ਵਸੇਗਾ ਬੰਦਾ। ਜੇਕਰ ਅੰਤਰ ਫਰਕ ਕਿੰਨਾ ਕਿਆ ਦੋਵੇਂ ਕਲਚਰਾਂ ਦਾ, ਅਮੈਰੀਕਾ ਅਤੇ ਪੰਜਾਬ ਦੇ ਕਲਚਰ ਦੇ ਵਿੱਚ, ਉੱਥੇ ਕਿਹੋ ਜਿਹਾ ਤੁਸੀਂ ਮਹਿਸੂਸ ਕਰਦੇ ਦੋਨੇ ਚੀਜ਼ਾਂ ਨੂੰ ਲੈ ਕੇ? ਫਰਕ ਬਹੁਤ ਹੈ, ਆਪਣਾ ਪੰਜਾਬ ਦੇ ਵਿੱਚ ਬਹੁਤ ਫੈਮਿਲੀ ਓਰੀਐਂਟਡ ਹੈ, ਵੀ ਅਸੀਂ ਪਰਿਵਾਰਾਂ ਨਾਲ ਜੁੜ ਕੇ ਰਹੀਏ, ਇਹ ਨਹੀਂ ਹੈਗਾ ਵੀ ਸਿਰਫ ਆਪਣੇ ਘਰ ਦੇ ਵਿੱਚ ਵਿੱਚ ਪਰਿਵਾਰ ਹੈ, ਬਾਹਰ ਵੀ ਹੈਗੇ ਨੇ ਜਿਹੜੇ ਤੁਹਾਡੇ ਚਾਚੇ ਤਾਏ ਪੂਏ ਮਾਸੀ ਜਿੰਨੇ ਵੀ ਹੈਗੇ ਨੇ, ਤੁਹਾਡੇ ਸਾਰਿਆਂ ਨਾਲ ਬਣਦੀ ਹੈ, ਤੁਹਾਨੂੰ ਸਾਰਿਆਂ ਨਾਲ ਗੱਲ ਕਰਦੇ ਆ, ਅਸੀਂ ਸਾਰਿਆਂ ਨੂੰ ਹਾਲ ਚਾਲ ਪੁੱਛਦੇ, ਜੇ ਕਿਤੇ ਜਾਣਾ ਵੀ ਹੁੰਦਾ ਮਿਲ ਕੇ ਵੀ ਆਉਂਦੇ ਹਾਂ। ਬਾਹਰ ਓਨਾ ਨਹੀਂ ਹੈਗਾ,
मोस्टली कि जिथे जिहड़े जी तुहाडे घर दे अंदर ने उही परिवार हुंदा, बाकी तां फिर बहुत घट है। 20 साल बाद किते मिले ते मिले, इत्थे तां फिर दूजे दिन किसे ना गल करदे रहिंदा बंदा। रिश्ते नाते दी कदर उत्थे ज्यादा कि इत्थे ज्यादा, की महसूस कीता हुण तक दे सफर? इत्थे ते ज्यादा, उत्थे घट है। उत्थे घट है, उत्थे नहीं पुछदे इक दूजे नूं कदे, उत्थे बहुत घट पुछदे ने। उत्थे सिर्फ कम कम कम। हांजी, उत्थे ते फिर मुंडे जदों जवाक वड्डे होंदे ने उह वी अपने निकल जाते हैं अपने कुछ बनाने वास्ते, कोई अपनी जिंदगी खुद बनाने वास्ते, फिर वह चीज़ा पिछले ऑलमोस्ट छड़ देंगे ने। है हों है भी यही है भी बिल्कुल छड़ देंगे ने, पर इन्ने टच च नहीं रेंगे जिन्ने के आप इतने एक दूजे करते हैं। तो तुहाडे मम्मी डैड बाहर रेंदे ने, उन्होंने तुसीं कहा नहीं भी आ जाओ हुण तां पंजाब आपां संभाल लईए, पंजाब आपां इत्थे अपना एक छोटा जिहा पंजाब वसाउणे आ ना, पंजाब वसिया होया जिथे अपना ये है कि उत्थे भी कारोबार है, इत्थे भी वेखना पैना, उत्थे भी वेखना पैंदा, ते सिस्टम इदां दा असीं बना लैंदे आ। जे मान लो मैं इत्थे आ गया, डैडी उत्थे सांभ लैंदा, डैडी ने इत्थे आना होवे मतलब लॉन्ग टर्म वास्ते एक दो साल वास्ते, फिर असीं तुर जाएंगे बाहर सांभण वास्ते, भी जिदा रल मिल के सारा काम कर लें। ममा आउंदे ने तुहाडा पंजाब? हाँ जी आउंदे जांदे ने। किन्ने गेड़े मारदे ने साल दे विच? साल दे विच ते इक गेड़ा ही वजदा ही, सियालां च ज्यादा आउंदे ने, गर्मियां च बहुत औखा हो जांदा। ये चीज़ भी है, गर्मी नहीं वो चीज़ जदों ठंड हुंदी होणी उत्थे ना ज्यादा। हाँ जी, उस करके नहीं उत्थे वो कल्चर नहीं अडाप्ट। पंजाब दा किहड़ा किहड़ा कल्चर तुहानूं होर ज्यादा वधिया लगदा, किहड़ी किहड़ी चीज़ वधिया लगदी है अपने? एक तो अपन दुकान पर जाते ना, मान लो किसी भी दुकान पर जाओ तुम बैठ के कोई भी गल करने तो पहले चाह पानी पुछते हैं। हाँ। चाह तो नहीं पीनी, जूस लियाइए, पानी की सेवा? यह नहीं होंगे भी बंदे ने पीनी होंगी या कुछ भी, अगले ने इज्जत की भी चल तू आ के बैठा साढ़े को, असं दस की सेवा कर सकते हैं। उत्थे नहीं है, उत्थे तू जाएंगे ना दुकान से, बस जो तेन समान चाहिए उत्थे तक, मतलब भी समान लो तो जाओ, इन्ने डॉलर दो भी आ चको बस। भावें यह कि भावें तुम वे बिजनेस भी करना हो, असी ट्रक बाई किए बंद को वो भी नहीं कुछ पुछ गिछ करते, जाके बह जाओ टू द पॉइंट गल करते हैं भी हाँ जी दसो किन्ने ट्रक चाहिए ने, आ रेट है, किस तरीके के ट्रक चाहिए ने, अंदरों की लवाने बाहरों की लवाने, सारा कुछ कर डन करके साइन सून करके असं आ जाने उत्थे। चाह पानी तो इतने देख लो, इतने तो बहुत सेवा सेवा कर, चाह पानी पुछे खाना पुछे सारा कुछ खाना है ना। तुम मैं कहना एक ट्रक लैन चले जाओ थोड़ी आओ भगत कि न्यू पिछे पिछे फिर इंपलाई जो कंपनी के होंगे बहुत फर्क आ। और कि चीज़ों का अंतर आते पंजाब से अपना इंडिया से अमेरिका के? अपना एक तो अपना मौसम का हो गया, तो एक होंगे भी सारे अपने लाइफ के बिजी ने बाहर, अपने कोई ये नहीं है भी असी रोक के किसी का वेख लिए। हम मान लो आप जाते पिंड, मैं पिंड मैं दे दो मैं जावा तो मैं कि पांच दस जने को बह के फिर घर जाता भी हाँ जी दसो किवें चल रहा की चल रहा हाल चाल करते ठीक ने, सारे एक दूजे तो पुछगिछ करते हैं, मतलब कि सोशल लाइफ वधी इत्थे। उत्थे कोई रोकता नहीं है, कोई पुछता नहीं है, तू उठ के काम ते जाना बंदा भजे भजे जाएगा, भजे भजे आएगा, रुकन नू थां रुकन नू टाइम कोई नहीं है, वेखन नू टाइम कोई नहीं है। जिहड़े बाहर दे लोक ने वह पैंट शर्ट ज़्यादा पाउंदे जां टी शर्ट पा ली जां होर चीज़ां पा ली, तुसीं पंजाबी कुर्ता पजामा पाया नोक वाली जुत्ती पाई है वो उत्थे फिर रह के फिर हुंदा ही है बंदे नूं भी। मैं तुहानूं ज़्यादा वधिया लगदा इह चीज़? हाँ मैनूं वधिया लगदा है। मोस्टली इह पाउंदे ज़्यादा? ज़्यादा तां इही पाउंदे आ, अपना जदों दा आया मैं कुर्ते पजामे सवाउणे ने हले, ते दो तीन मेरे को जोड़े पए ने, जदों हुंदा भी मैं पा लैंदा, काम कुम जान लगे भी कदे लोअर पा लिया शर्ट पा लिया, कर कुर रेंदे दे वे कुर्ता पजामा पा लैंदे। होर किहड़ी किहड़ी चीज़ां दा शौक है तुहानूं? मैनूं तां गाणियां दे शौक है, गाणे बहुत सुणदा मैं। किहड़े किहड़े सिंगर नूं सुणदे पंजाब दे? सुणदे तां सारिआं दे, दलजीत दे सुणदे आ, एमी विर्क दे वी सुण लैंदे आ, अपने प्रोड्यूसर मिस्ताबाज है उहदे नाल वी बहुत वधिया, मैनूं उहदे गाणे बहुत वधिया। सिद्धू मूसेवाला वी सुणदे रहे? हांजी सिद्धू मूसेवाला वी सुणदे? सिद्धू मूसेवाला तां बहुत सुणदा, उहदा तां सुनते ही रहिंदे उहदा तां हर रोज जिते चंडीगढ़ जा आउणा जाणा तां चार पंज गाने लगदे हुंदे जरूर उहदे, पक्के लगदे ने, उहदे फेवरेट दी लिस्ट ते लगे हुंदे ने उह तां। ते इस तों इलावा खेती करदे हो, सारा बिजनेस देखदे हो तुसीं, तुहाडे ते जिम्मेवारी है फिर सारी हुण तां पंजाब दे विच? तां फिर जिम्मेवारी तां असीं सारे वंडे होए ने, मतलब कि ताया वी हैगे इत्थे ते मैं वी ऐ, उधरों डैडी ते मेरे ताए दा मुंडा भी हैगा, असी सारे कुछ रल मिल के जिद्दां सारा कुछ वेखदे हुंदे। ये नहीं हैगा भी बंदा आई कल्ला करेगा तो करी करी जाण दे, कई बार उन्हूं हैल्प की लोड़ है, कदे ताए दे मुंडे दी हैल्प की लोड़ है, डैडी नूं हैल्प की लोड़, सारे रल मिल के जिथे असी कवर कर सकते करी जांदे आ।
ਜਿਵੇਂ ਬਾਹਰ ਪੰਜਾਬ ਦੇ ਨੌਜਵਾਨ ਜਾ ਰਹੇ ਨੇ, ਚਾਹੇ ਅਮਰੀਕਾ ਹੋਵੇ, ਚਾਹੇ ਕੈਨੇਡਾ ਹੋਵੇ, ਆਸਟ੍ਰੇਲੀਆ ਹੋਵੇ, ਕੀ ਤੁਸੀਂ ਕੀ ਸੋਚਦੇ ਹੋ ਚੀਜ਼ ਨੂੰ ਲੈ ਕੇ? ਪੰਜਾਬ ਦੇ ਵਿੱਚ ਤੁਸੀਂ, ਮੈਂ ਕਹਿੰਦਾ ਪਿੱਛੇ ਜੇ ਅੰਕੜੇ ਆਏ ਸੀ, ਲੱਖਾਂ ਦੇ ਅੰਕੜੇ ਆਏ ਸੀ ਕਿ ਹਰ ਮਹੀਨੇ ਲੱਖਾਂ ਨੌਜਵਾਨ ਜਿਹੜਾ ਜਾ ਰਿਹਾ, ਹਜ਼ਾਰਾਂ ਨੌਜਵਾਨ ਜਾ ਰਿਹਾ। ਜੇ ਤੁਹਾਡਾ ਇੱਥੇ ਸੈੱਟ ਹੋ ਸਕਦਾ, ਜੇ ਤੁਹਾਡੇ ਕੋਲ ਪੈਸੇ ਹੈਗੇ ਨੇ ਤਾਂ ਤੁਸੀਂ ਇੱਥੇ ਰਹੋ। ਨਹੀਂ ਹੁਣ ਤਾਂ ਤੁਸੀਂ ਦੇਖਿਆ ਹੋਣਾ 30-30 ਲੱਖ ਰੁਪਏ ਲੋਕ ਲਾ ਕੇ ਜਾ ਰਹੇ ਨੇ। 30-30 ਲੱਖ ਲੋਕੀ 30-30 ਲੱਖ ਦਾ ਕੀ, 60-70 ਲੱਖ ਲਾ ਕੇ USA ਜਾਂਦੇ ਨੇ, ਠੀਕ ਹੈ ਨਾ। ਉੱਥੇ ਜਾ ਕੇ ਤੁਸੀਂ ਕਿਸੇ ਦੇ ਥੱਲੇ ਰਹਿਣਾ ਪੈਂਦਾ 2-3 ਸਾਲ ਤੁਹਾਨੂੰ, ਐਵੇਂ ਹੀ ਬਸ, ਨਾ ਕੋਈ ਤੁਹਾਡੇ ਕੋਲ ਵਰਕ ਪਰਮਿਟ ਹੁੰਦਾ, 6 ਮਹੀਨੇ ਵਰਕ ਪਰਮਿਟ ਨਹੀਂ ਹੁੰਦਾ, 1-2 ਸਾਲ ਤੁਹਾਡੇ ਕੋਲ ਕੁਛ ਬਣਦਾ ਨਹੀਂ ਹੈਗਾ, ਅਤੇ ਕਿਸੇ ਦੇ ਥੱਲੇ ਰਹਿਣਾ ਪੈਂਦਾ, ਉਹੀ ਤੁਸੀਂ ਇੱਥੇ ਰਾਜੇ ਬਣ ਕੇ ਰਹਿ ਸਕਦੇ ਹੋ। ਕੀ ਕੰਮ ਕਰਨੇ ਪੈਂਦੇ ਨੇ ਉੱਥੇ ਜਦੋਂ ਸਟਾਰਟਿੰਗ ਦੌਰ ਦੇ ਵਿੱਚ ਹੁੰਦਾ? ਸਟਾਰਟਿੰਗ ਦੇ ਵਿੱਚ ਜਾਂਦੇ ਤਾਂ ਫਿਰ ਸਭ ਤੋਂ ਪਹਿਲਾਂ ਤਾਂ ਤੁਹਾਡਾ ਆਹੀ ਹੁੰਦਾ ਵੀ ਤੁਸੀਂ ਰਹਿਣਾ ਕਿੱਥੇ ਆ, ਜਗ੍ਹਾ ਵੇਖਣਾ ਪੈਣਾ। ਜੇ ਤੁਹਾਨੂੰ ਕੋਈ ਰਿਸ਼ਤੇਦਾਰ ਹੈਗਾ ਜਾਂ ਕੋਈ ਬੰਦਾ ਹੈਗਾ ਜਿਹੜਾ ਤੁਹਾਨੂੰ ਜਾਣਦਾ ਹੋਵੇ, ਤੁਸੀਂ ਉਹਨਾਂ ਕੋਲ ਜਾਓਗੇ, ਉਹ ਤੁਹਾਡਾ ਕਰੇਗਾ, ਸਪੋਂਸਰ ਲੈਟਰ ਭੇਜੇਗਾ, ਫਿਰ ਉਹਨਾਂ ਨਾਲ ਕੰਮ ਲੱਭਣਾ ਪੈਣਾ। ਕੰਮ ਲੱਭਣ ਨੂੰ ਇਹ ਨਹੀਂ ਹੈਗਾ ਵੀ ਜਾਂਦੇ ਸਾਰ ਤੁਹਾਨੂੰ ਕੰਮ ਮਿਲ ਜਾਣਾ, 2-3 ਹਫ਼ਤੇ ਪੁੱਛ ਕਿਛ ਕਰੇਗਾ, ਕਦੇ ਇਹਨੂੰ ਪੁੱਛ ਲਿਆ, ਕਦੇ ਉੱਧਰ ਪੁੱਛ ਲਿਆ, ਕਿਸੇ ਨੂੰ ਪੁੱਛ ਪੀ, ਜਾਣ ਪਛਾਣ ਹੋ ਤਾਂ ਹੀ ਕੰਮ ਮਿਲੇਗਾ, ਅਗਲਾ ਕੋਈ ਰੱਖਦਾ ਵੀ ਨਹੀਂ ਇੰਨੇ ਛੇਤੀ। ਅਤੇ ਫਿਰ ਉਸ ਤੋਂ ਬਾਅਦ ਤੁਸੀਂ ਮਤਲਬ ਆਪਣੇ ਜਦੋਂ ਕੇਸ ਫਾਈਲ ਕਰ ਲਏ ਅਤੇ ਤੁਸੀਂ ਕੰਮ ਕਰੀ ਜਾਣ ਨਾਲ ਕੇਸ ਦੇ, ਤੁਹਾਡਾ ਉਹਨਾਂ ਚਿਰ ਤੱਕ ਕੰਮ ਬਣਦਾ ਨਹੀਂ, ਸੈੱਟ ਨਹੀਂ ਬਣਦਾ, 1-2 ਸਾਲ ਬਾਅਦ ਹੀ ਬਣਦਾ। ਜਿਹੜੇ ਮੁੰਡੇ ਉੱਥੇ ਗਏ ਨੇ ਹੁਣ, ਆ 1-2 ਸਾਲ ਬਾਅਦ ਸਾਡੇ ਨਾਲ ਰਹਿੰਦੇ ਸੀ, ਹੁਣ ਜਾ ਕੇ ਕਿਤੇ ਉਹਨਾਂ ਦਾ ਕੰਮ ਸੈੱਟ ਹੋ ਰਿਹਾ। ਸਟਾਰਟਿੰਗ ਦੌਰ ਬਹੁਤ, ਇਹ ਵੀ ਹੁੰਦਾ ਕਹਿੰਦੇ ਕਿ ਜਿਹੜੇ ਲੋਕ ਉੱਥੇ ਜਾ ਕੇ ਘਰ ਲੈਂਦੇ ਨੇ ਫਿਰ ਤਾਂ ਉਹ ਘਰ ਦੀਆਂ ਕਿਸ਼ਤਾਂ ਲਾਉਣ ਜੋਗੇ ਵੀ ਹੋ ਜਾਂਦੇ ਨੇ, ਬਸ ਸਿਰਫ ਉੱਥੇ ਹੀ ਹੋ ਜਾਂਦੇ ਨੇ ਘਰ ਤਾਂ ਬਹੁਤ। ਲੈਣ ਦਾ ਜਿਹੜਾ ਬੰਦਾ ਲੈ ਵੀ ਲਵੇ ਉਹ ਤਾਂ ਫਿਰ ਬਹੁਤ ਡਾਊਨ ਦਾ ਰੋਡ ਸੋਚੇ ਕਿ ਪਹਿਲਾਂ ਤੁਹਾਨੂੰ ਵਰਕ ਪਰਮਿਟ ਆਏਗਾ, ਵਰਕ ਪਰਮਿਟ ਬਾਅਦ ਤੁਹਾਡਾ ਫਿਰ ਗ੍ਰੀਨ ਕਾਰਡ ਆਏਗਾ, ਜਦੋਂ ਤੁਹਾਡਾ ਗ੍ਰੀਨ ਕਾਰਡ ਆ ਗਿਆ ਉਹਨਾਂ ਆਲਮੋਸਟ ਸਾਰਿਆਂ ਦਾ ਉਦੋਂ ਬਣਦਾ ਹੀ ਹੈ ਵੀ ਕੁਛ ਨਾ ਕੁਛ ਬਣਿਆ ਹੁੰਦਾ। ਤੁਸੀਂ ਜਦੋਂ ਕਰ ਲੈਂਦੇ ਹੋ ਫਿਰ 30 ਸਾਲ ਦੀ ਕਿਸ਼ਤੀ ਵੱਜਦੀ ਹੁੰਦੀ ਸਿੱਧੀ, 30 ਸਾਲ ਦੇ ਤੁਹਾਡੇ ਹਰ ਮਹੀਨੇ ਤੁਹਾਡੇ ਕਿਸ਼ਤ 30 ਸਾਲਾਂ ਲਗਾਤਾਰ। ਅਤੇ ਫਿਰ ਮੁੜ ਕੇ ਤੁਹਾਡੇ ਗੱਡੀ ਹੈ, ਗੱਡੀ ਦੇ ਖਰਚੇ ਆਉਣੇ ਨੇ, ਫੋਨ ਦੇ ਖਰਚੇ ਆਉਣੇ ਨੇ, ਤੁਹਾਡੇ ਉਰਾਂ ਲਲਾ ਪੱਬਾ ਖਰਚੇ ਬੜੇ ਹੁੰਦੇ ਨੇ। ਅਤੇ ਮਤਲਬ ਐਵਰੇਜ ਇਨ ਜਿਹੜੇ ਇਨ ਹਾਊਸ ਹੋਲਡ ਹੁੰਦੇ ਨੇ, ਤੁਹਾਡੇ ਕੋਲ ਕਾਰ, ਤੁਹਾਡੇ ਕੋਲ ਗੱਡੀ, 1-2 ਗੱਡੀਆਂ ਹੁੰਦੇ ਨੇ, ਫੋਨ ਵੀ, ਇਹ ਸਾਰਾ ਕੁਛ ਮਿਲਾ ਮਿਲੂ ਕੇ ਖਰਚੇ ਵਿੱਚ $5,000-6,000 ਦਾ ਖਰਚਾ ਆਈ ਜਾਂਦਾ ਮਹੀਨੇ ਦਾ। ਅਤੇ ਬੰਦਾ ਜੇ ਦੋਵੇਂ ਜੀ ਕੰਮ ਕਰਦੇ ਤੁਸੀਂ 8-9 ਹਜ਼ਾਰ ਕਮਾ ਰਹੇ ਹੋ ਤਾਂ ਫਿਰ ਬਚਦਾ ਕੀ ਹੈ? ਗੇਮ ਕਿਹੜੀ ਖੇਡਦੇ ਰਹੇ ਹੋ ਜੀ ਤੁਸੀਂ ਕਹਿ ਰਹੇ ਸੀ? ਮੈਂ ਵਾਲੀਬਾਲ ਖੇਡਦੇ ਰਹੇ ਸੀ। ਵਾਲੀਬਾਲ ਖੇਡਦੇ ਰਹੇ, ਕਿੰਨਾ ਕੁ ਸਮਾਂ ਖੇਡੀ? ਮੈਂ 3-4 ਸਾਲ ਖੇਡੀ ਸੀ। ਜਦੋਂ ਉਹ ਦੌਰ ਸੀ ਸਕੂਲ ਵਾਲਾ ਤਾਂ ਉਦੋਂ ਉਹਨਾਂ ਬੱਚਿਆਂ ਦੇ ਵਿੱਚ ਘੁਲ ਮਿਲ ਨੂੰ ਕਿੰਨਾ ਕੁ ਸਮਾਂ ਲੱਗ ਗਿਆ? ਕਦੋਂ ਕੁ ਉਹਨਾਂ ਨੇ ਤੁਹਾਨੂੰ ਅਡਾਪਟ ਕਰ ਲਿਆ ਵੀ ਹਾਂ ਯਾਰ ਇਹ ਵੀ ਸਾਡਾ ਹੀ ਭਾਈ ਹੈ? ਜਿਹੜੇ ਮੁੰਡੇ ਦੇਖੋ ਹੋਸਟਲ ਦੇ ਵਿੱਚ ਰਹਿ ਕੇ, ਮੁੰਡੇ ਦੇ ਐਵਰੀ ਈਅਰ ਕੋਈ ਨਵਾਂ ਆ ਜਾਂਦਾ, ਕੋਈ ਚੱਲ ਜਾਂਦਾ, ਅਤੇ ਉਹ ਵੀ ਸ਼ੁਰੂ 'ਚ ਹੁੰਦਾ ਵੀ ਇਹ ਕੀ ਹੈ, ਕੀ ਸਿਸਟਮ ਇਹਦਾ। ਪਰ ਜਦੋਂ ਬੋਲ ਚਾਲ ਬੰਦੇ ਦੇ 2-3 ਮਹੀਨੇ ਲੱਗ ਜਾਂਦਾ, ਤੁਸੀਂ ਇੱਕ ਦੂਜੇ ਨਾਲ ਬੋਲਣ ਲੱਗ ਜਾਂਦੇ ਤਾਂ ਠੀਕ ਹੈ, ਪਤਾ ਲੱਗ ਜਾਂਦਾ। ਫਿਰ ਤਾਂ ਆਪਣੇ ਪਿੰਡ ਵਾਲੇ ਨੂੰ ਜਾ ਕੇ ਵੇਖ ਲਓ, ਪੁੱਛੇ ਗੋਰਾ ਮੁੰਡਾ, ਉਹ ਆਪਣਾ ਹੀ ਹੈ, ਆਪਣੇ ਕਰਦਾ ਹੀ ਹੈ, ਪੁੱਛਣਗੇ ਗੋਰਾ ਕਹਿ ਕੇ ਬੁਲਾਉਂਦੇ ਨੇ ਪਿੰਡ 'ਚ ਵੀ? ਮੈਨੂੰ ਤਾਂ ਰਾਜ ਹੀ ਕਹਿ ਕੇ ਬੁਲਾਉਂਦੇ ਨੇ, ਸਕੂਲੇ ਦਾ ਜੋ ਗੋਰੇ ਕਹਿੰਦੇ ਹੁੰਦੇ ਨੇ ਮੇਰੇ। ਹੁਣ ਸਕੂਲ ਜਾਂਦੇ ਆ, ਜੇ ਕੋਈ ਵੀ ਬੰਦਾ ਇੱਥੇ ਸਕੂਲ ਗਿਆ ਹੋਵੇ ਤਾਂ ਪਤਾ ਹੀ ਹੈ, ਇੱਕ ਤਾਂ ਨਾਮ ਪੱਕਾ ਹੁੰਦਾ, ਇੱਕ ਤਾਂ ਕੱਚਾ ਨਾਂ ਹੁੰਦਾ, ਅਤੇ ਕੱਚਾ ਨਾਂ ਹੀ ਚੱਲਦਾ ਹੁੰਦਾ ਬੰਦੇ ਤਾਂ ਪੱਕਾ ਤਾਂ ਕੋਈ ਪੁੱਛਦਾ ਨਹੀਂ ਹੈਗਾ। ਸਾਡਾ ਮੁੰਡਾ ਇੱਕ ਪੜ੍ਹਦਾ ਹੁੰਦਾ ਸੀ, ਉਹਦਾ ਨਾਮ ਕੱਚਾ ਨਾਮ, ਮੈਨੂੰ ਯਾਦ ਕੋਈ ਨਹੀਂ, ਪਰ ਉਹਦਾ ਨਾਂ ਕੱਚਾ ਹੀ ਯਾਦ ਪਤਾ ਸੀ, ਅੱਜ ਤੱਕ ਉਹਦਾ ਨਾਮ ਕੋਈ ਨਹੀਂ ਪਤਾ ਵੀ ਅਸਲੀ ਕੀ। ਅਤੇ ਫਿਰ ਮੈਨੂੰ ਤਾਂ ਗੋਰੇ ਹੀ ਕਹਿੰਦੇ ਸੀ। ਪੰਜਾਬ ਭੇਜਣ ਦਾ ਫੈਸਲਾ ਤੁਹਾਡੀ ਮੰਮੀ ਦਾ ਸੀ ਜਾਂ ਤੁਹਾਡੇ ਪਾਪਾ ਦਾ ਸੀ? ਪਾਪਾ ਦਾ ਸੀ, ਉਹ ਕਹਿੰਦੇ ਸੀ ਵੀ ਚੱਲ ਜਾ ਕੇ ਪਤਾ ਲੱਗੇ, ਥੋੜ੍ਹਾ ਜਿਹਾ ਵਿਰਸਾ ਬਾਰੇ ਪਤਾ ਲੱਗ ਜਾਏ, ਕਲਚਰ ਵੀ ਆਪਣੇ ਉੱਠਣਾ ਬਹਿਣਾ ਕੀ ਸਿਸਟਮ ਹੈ। ਅਤੇ ਇੱਥੇ ਜੀ ਲੱਗਿਆ ਸੀ, ਸਕੂਲ ਜਾਣ ਲੱਗੇ, ਅਤੇ ਫਿਰ ਮਾਂ ਨੇ ਭੇਜਤਾ ਸੀ ਇੰਨੀ ਦੂਰ, ਹੈ ਨਾ, 7 ਸਮੁੰਦਰੋਂ ਪਾਰ ਦੀ ਗੱਲ ਹੁੰਦੀ ਹੈ ਨਾ, ਮਾਂ ਦੇ ਲਈ ਕਿੰਨਾ ਕੁ ਔਖਾ ਫੈਸਲਾ ਸੀ? ਔਖਾ ਸੀ ਉਹ, ਫਿਰ ਆਪਣਾ ਥੋੜ੍ਹੇ ਡਿਬੇਟ ਹੋਏ ਸੀ ਘਰ ਦੇ ਵਿੱਚ ਵੀ ਜਾਵੇ ਨਾ ਜਾਵੇ ਕਿਸ ਹਿਸਾਬ ਨਾਲ। ਫਿਰ ਐਂਡ ਦੇ ਵਿੱਚ ਮੰਮੀ ਤਾਂ ਕਹਿੰਦੇ ਸੀ ਵੀ ਗੁੱਡ ਆਈਡੀਆ ਹੈ, ਵੀ ਮਾੜਾ ਨਹੀਂ ਹੈਗਾ, ਜੇ ਵੱਧ ਤੋਂ ਵੱਧ ਦਿਲ ਨਹੀਂ ਲੱਗੇਗਾ ਵਾਪਸ ਆ ਜਾਏਗਾ। ਇੱਕ ਵਾਰ ਜਾਣੀ ਕਿ ਹੋ ਗਿਆ ਸੀ ਵੀ ਘਰ ਦੇ ਵਿੱਚ, ਹੈ ਨਾ, ਵੀ ਕਿਉਂ ਭੇਜਿਆ ਜਾਵੇ ਜਾਂ ਨਾ, ਇੰਨਾ ਵੀ ਨਹੀਂ ਹੋਇਆ ਸੀ, ਬਸ ਥੋੜ੍ਹਾ ਸੀ ਵੀ ਮੰਮੇ ਦੇ, ਜਿੱਦਾਂ ਹੁਣ ਕੋਈ ਵੀ ਹੈ ਕਿਸੇ ਦਾ ਜਵਾਕ ਹੋਵੇ ਉਹਨੂੰ ਦੂਰ ਭੇਜਣਾ, ਮੰਮੀ ਨੂੰ ਆਪ ਕਦੇ ਇੱਥੇ ਆਏ ਨਹੀਂ ਸੀ ਪਹਿਲਾਂ, ਤਾਂ ਫਿਰ ਉਹਨੂੰ ਵੀ ਸੀ ਵੀ ਕਿੱਦਾਂ ਸਿਸਟਮ ਕੀ ਹੋਊਗਾ, ਕਿਸ ਹਿਸਾਬ ਨਾਲ, ਅਤੇ ਪਤਾ ਨਹੀਂ ਦਿਲ ਲੱਗੇਗਾ ਨਹੀਂ ਲੱਗੇਗਾ, ਸਾਂਭੇਗਾ ਕੋਈ, ਪਿਆਰ ਹੋਊਗਾ ਨਹੀਂ ਹੋਊਗਾ, ਸਾਰਾ ਕੁਛ ਡਾਊਟ ਹੁੰਦੇ ਨੇ ਬੰਦੇ ਦੇ ਮਨ 'ਚ। ਅਤੇ ਫਿਰ ਜਦੋਂ ਇੱਥੇ ਆਏ ਸੀ ਤਾਂ ਮੇਰਾ ਵੀ ਦਿਲ ਲੱਗ ਗਿਆ, ਉਹਨੂੰ ਪਤਾ ਲੱਗ ਗਿਆ ਵੀ ਸਾਰਾ ਕੁਛ ਵਧੀਆ ਸੇਫ ਹੈ, ਐਵਰੀਥਿੰਗ ਗੁੱਡ ਹੈ, ਅਤੇ ਫਿਰ
12 ਸਾਲ ਦੀ ਉਮਰ ਤੋਂ ਪਹਿਲਾਂ ਘਰ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਪੰਜਾਬੀ ਦੇ ਰੂਪ 'ਚ ਬੋਲੀ ਜਾਂਦੀ, ਕਿਹੋ ਜਿਹਾ ਉੱਥੇ ਕਲਚਰ ਸੀ ਜਦੋਂ ਜਿਹੜੇ ਤੁਸੀਂ ਆਪਣੇ ਸਮੇਂ 12 ਸਾਲ ਦੀ ਉਮਰ ਤੱਕ ਸਿੱਖਿਆ? ਮੈਂ ਤਾਂ ਸਿਰਫ ਦੋ ਗੱਲਾਂ ਸਿੱਖੀ ਹੈ ਕਿ ਕੀ ਹਾਲ ਹੈ ਤੇ ਕਿ ਠੀਕ ਹੈ। ਉਸ ਤੋਂ ਅੱਗੇ ਪਿੱਛੇ ਮੈਂ ਕੁਝ ਸਿੱਖਿਆ ਨਹੀਂ ਹੈਗਾ। ਉਸ ਤੋਂ ਬਾਅਦ ਕੁਝ ਨਹੀਂ ਸੀ, ਉਸ ਤੋਂ ਇਲਾਵਾ ਕੁਝ ਨਹੀਂ ਸੀ, ਇੱਥੇ ਆ ਕੇ ਪਤਾ ਲੱਗਿਆ ਸੀ ਸਾਰਾ ਕੁਝ। ਡੈਡੀ ਤਾਂ ਪੰਜਾਬ ਦੇ ਨਾਲ ਸੰਬੰਧਿਤ ਸਿਖਾਉਂਦੇ ਨਹੀਂ ਸੀ ਪੰਜਾਬੀ, ਫਿਰ ਉੱਥੇ ਜੋੜਦੇ ਨਹੀਂ ਸੀ, ਉਹ ਕਹਿੰਦੇ ਤਾਂ ਹੋਣਗੇ। ਡੈਡੀ ਉਸ ਟਾਈਮ ਟਰੱਕ ਚਲਾਉਂਦੇ ਸੀ, ਘਰ ਤੋਂ ਜ਼ਿਆਦਾ ਬਾਹਰ ਹੀ ਰਹਿੰਦੇ ਹੁੰਦੇ ਸੀ। ਜਦੋਂ ਆਉਂਦੇ ਹੁੰਦੇ ਸੀ ਥੱਕੇ ਹੁੰਦੇ ਤੇ ਕਦੇ ਕੋਈ ਆ ਜਾਂਦਾ, ਘਰ ਆ ਜਾਂਦਾ ਆਪਣਾ ਰੋਟੀ ਪਾਣੀ ਦਾ ਕਰ ਲੈਂਦੇ, ਕਦੇ ਉਹ ਵੀ ਬਾਹਰ ਤੁਰ ਜਾਂਦੇ, ਕੋਈ ਪਾਰਟੀ ਆ ਗਈ, ਕੋਈ ਕਿਸੇ ਦਾ ਜਨਮ ਦਿਨ ਹੈ, ਕੋਈ ਕਿਸੇ ਦਾ ਵਿਆਹ ਹੈ, ਉਹਦੇ ਜਾਂਦੇ ਰਹਿੰਦੇ ਸੀ। ਤੇ ਫਿਰ ਆਪਣੇ ਟਾਈਮ ਨਹੀਂ ਮਿਲਦਾ ਸੀ ਵੀ ਆਪਾਂ ਬਹਿ ਕੇ ਇੱਕ ਚੰਗੇ ਤਰੀਕੇ ਨਾਲ ਸਿਖਾਈਏ। ਉਂਝ ਉਹ ਵੀ ਸਿਖਾਉਣ ਦੇ ਜ਼ੋਰ ਲਾਉਂਦਾ ਸੀ ਵੀ ਇਹ ਵੀ ਸਿੱਖ ਜਾ, ਵੀ ਆ ਇਹ ਵੀ ਦੱਸਦੇ ਹੁੰਦੇ ਸੀ। ਉਂਝ ਮੈਨੂੰ ਗਿਣਤੀ ਵੀ ਆਉਂਦੀ ਸੀ, 1-2-10 ਇੰਨਾ ਕਦੇ ਚੱਲ ਹੀ ਜਾਂਦਾ ਸੀ। ਪਰ ਗੱਲ ਇਹ ਸੀ ਕਿ ਮੈਂ ਵੀ ਸਿਰਫ ਮੰਨ ਲਓ 2 ਦਿਨ ਉਹਨਾਂ ਕੋਲ ਬਹਿ ਗਿਆ ਸੀ, ਬਾਅਦ ਫਿਰ ਮੈਂ ਸਕੂਲਾਂ 'ਚ ਜਾ ਕੇ ਇੰਗਲਿਸ਼ ਬੋਲਣਾ, ਫਿਰ ਤਾਂ ਜੋ ਵੀ ਦੱਸਿਆ ਹੁੰਦਾ ਭੁੱਲ ਜਾਂਦਾ ਸੀ। ਇੱਥੇ ਆ ਕੇ ਇਹ ਸੀ ਵੀ ਮਜਬੂਰੀ ਹੈ, ਜੇ ਮੈਂ ਦੱਸੂੰਗਾ ਨਾ ਰੋਟੀ ਵੀ ਨਹੀਂ ਖਾਣੀ, ਦੱਸਣ ਯੋਗੇ ਨਹੀਂ ਹੋ ਜਾਵੇ ਵੀ ਮੈਂ ਰੋਟੀ ਖਾਣੀ ਹੈ ਕੀ ਖਾਣੀ। ਓਕੇ, ਅਤੇ ਜਦੋਂ ਤੁਹਾਡੇ ਫਾਦਰ ਸਾਹਿਬ ਗਏ ਅਮੈਰੀਕਾ ਦੇ ਵਿੱਚ, ਕਿਹੜੇ ਹਾਲਾਤਾਂ ਦੇ ਵਿੱਚ ਗਏ, ਕਿੰਨੀ ਕੁ ਮਿਹਨਤ ਉਹਨਾਂ ਨੇ ਕੀਤੀ ਉੱਥੇ ਜਾ ਕੇ, ਇਹ ਵੀ ਤੁਹਾਨੂੰ ਦੱਸ ਦੇ ਹੋਣਗੇ? ਉਹਨਾਂ ਨੇ ਤਾਂ ਬਹੁਤ ਮਿਹਨਤ ਕੀਤੀ ਹੈ। ਉਹ ਨਿਊਯਾਰਕ 'ਚ ਰਹੇ ਸੀ ਸ਼ੁਰੂ 'ਚ, ਅਤੇ ਉਦੋਂ ਆਈ ਥਿੰਕ 90 ਦੇ ਸਟਾਰਟਿੰਗ ਦੇ ਵਿੱਚ, 80s ਦੇ ਐਂਡ ਦੇ ਵਿੱਚ ਗਏ ਸੀ। ਓਕੇ, ਅਤੇ ਉੱਥੇ ਜਾ ਕੇ ਉਦੋਂ ਵੀ ਸਮਾਂ ਬਹੁਤ ਹਾਰਡ ਸੀ, ਕਿਉਂਕਿ ਪੰਜਾਬੀ ਇੰਨੇ ਹੈ ਹੀ ਨਹੀਂ ਸੀ ਉੱਥੇ, ਬਹੁਤ ਘੱਟ ਸੀ। ਅਤੇ ਕੰਮ ਜਿਹੜੇ ਮਿਲਦੇ ਸੀ ਉਹ ਤਾਂ ਜਿੱਦਾਂ ਪੇਂਟਿੰਗ ਵਾਲਾ ਕੰਮ ਮਿਲਦਾ ਸੀ, ਹਾਰਡ ਲੇਬਰ ਮਿਲਦਾ ਸੀ, ਉਹਦਾ ਸਿੰਪਲ ਕੰਮ ਕੋਈ ਈਜ਼ੀ ਕੰਮ ਹੈ ਨਹੀਂ ਸੀ। ਅਤੇ ਵੀ ਜਦੋਂ ਟਰੱਕਾਂ ਦੇ ਵਿੱਚ ਪੈ ਗਏ ਸੀ, ਉਸ ਟਾਈਮ ਜਦੋਂ ਮੇਰੇ ਡੈਡੀ ਟਰੱਕ ਚਲਾਉਂਦੇ ਸੀ, ਉਦੋਂ ਕੋਈ ਪੰਜਾਬੀ ਨਹੀਂ ਸੀ ਟਰੱਕਿੰਗ 'ਚ, ਬਹੁਤ ਘੱਟ ਸੀ। ਕਿੰਨੇ ਕਿੰਨੇ ਘੰਟੇ ਕੰਮ ਕਰਦੇ ਰਹੇ? ਉਹ ਤਾਂ ਫਿਰ ਜੇ ਤੁਸੀਂ ਟਰੱਕ ਦੇ ਵਿੱਚ ਲਾ ਲਓ, ਬੰਦਾ 15-16 ਘੰਟੇ ਦਿਹਾੜੀ ਦੇ ਲਾ ਹੀ ਲੈਂਦਾ। ਇਕੱਲੇ ਉਹੀ ਸੀ ਜਾਣੀ, ਬਹੁਤ ਘੱਟ ਸੀ ਜਾਣੀ ਉਦੋਂ ਪੰਜਾਬੀ, ਉਦੋਂ ਪੰਜਾਬੀ ਬਹੁਤ ਘੱਟ ਸੀ, ਖਾਸ ਕਰਕੇ ਟਰੱਕਿੰਗ 'ਚ। ਹੁਣ ਤੁਸੀਂ ਜਾਓ ਤੇ ਟਰੱਕ ਸਟੋਪ 'ਚ ਵੇਖੋ ਤੇ ਇੱਕ ਜਦੋਂ 10 ਬੰਦੇ 10 'ਚੋਂ 8 ਪੰਜਾਬੀ ਹੁੰਦੇ ਨੇ। ਹੁਣ ਇਸ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਪੰਜਾਬੀ ਆਪਣੇ ਟਰੱਕਿੰਗ ਦੇ ਵਿੱਚ ਆਏ ਹੋਏ ਨੇ, ਟਰੱਕਿੰਗ ਕੰਪਨੀ ਕੈਲੀਫੋਰਨੀਆ ਦੇ ਪਾਸੇ ਬਹੁਤ ਖੁੱਲ੍ਹ ਗਏ ਨੇ। ਉਸ ਟਾਈਮ ਦੇ ਵਿੱਚ ਸਿਰਫ ਗੋਰੇ ਦਾ ਹੁੰਦਾ ਸੀ, ਗੋਰੇ ਚਲਾਉਂਦੇ ਸੀ, ਅਤੇ ਉਹਦੇ 'ਚ ਪੰਜਾਬੀ ਬਹੁਤ ਘੱਟ ਸੀ, ਇਹਦੇ ਬਹੁਤ ਰੇਅਰ ਹੁੰਦਾ ਸੀ ਵੀ ਤੁਸੀਂ ਕਿਸੇ ਪੰਜਾਬੀ ਨੂੰ ਮਿਲੋਗੇ। ਤੁਹਾਡੀ ਜਿਹੜੀ ਛੋਟੀ ਭੈਣ ਆ, ਉਹਨਾਂ ਦਾ ਜਨਮ ਵੀ ਅਮਰੀਕਾ ਦੇ ਵਿੱਚ? ਹਾਂਜੀ। ਕਿੰਨੇ ਛੋਟੇ ਨੇ ਤੁਹਾਡੇ ਤੋਂ? ਉਹ 17 ਸਾਲ ਛੋਟੀ ਮੇਰੇ ਤੋਂ। 17 ਸਾਲ ਛੋਟੀ? ਉਹ ਇੱਥੇ ਪੰਜਾਬ 'ਚ ਪੜ੍ਹਾਈ ਕਰ ਰਹੇ ਨੇ? ਹਾਂਜੀ। ਉਹਨਾਂ ਨੂੰ ਤਾਂ ਬਿਲਕੁਲ ਪੰਜਾਬੀ ਸਾਰੀ ਆਉਂਦੀ ਹੋਣੀ ਆ। ਹਾਂਜੀ, ਉਹ ਬੋਲ ਦਿੰਦੀ ਹੈ, ਸਾਰਾ ਕੁਝ ਕਰਦੀ ਹੈ। ਇਸ ਤੋਂ ਇਲਾਵਾ ਖਾਣ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਪਸੰਦ ਨੇ ਤੁਹਾਨੂੰ? ਖਾਣ ਦੇ ਵਿੱਚ ਤਾਂ ਮੈਨੂੰ ਸਭ ਤੋਂ ਵਧੀਆ ਤਾਂ ਸਿੰਪਲ ਜਿਹੜੇ ਦਾਲ ਮਿਕਸ ਦਾਲ ਹੋਵੇ ਅਤੇ ਰੋਟੀ ਹੋਵੇ, ਉਹ ਮੈਨੂੰ ਵਧੀਆ ਲੱਗਦੇ। ਬਾਕੀ ਤਾਂ ਪਿੰਡੀ ਦੇ ਕਰੇਲੇ ਇੱਥੇ ਸਾਡੇ ਤਾਜ਼ੇ, ਪਿੰਡੀ ਦਾ ਮੈਂ ਕੱਲ੍ਹ ਸ਼ਾਮੀ ਖਾ ਕੇ ਡੇ। ਆਪ ਵੀ ਖੇਤੀ ਕਰਦੇ ਹੋ ਸਬਜ਼ੀ ਮਾੜੀ ਮੋਟੀ? ਹਾਂਜੀ, ਸਾਡੇ ਘਰ ਦੇ ਪਿਛਲੇ ਪਾਸੇ ਸਾਰੇ ਸਬਜ਼ੀਆਂ ਲੱਗੀਆਂ ਨੇ। ਅਸੀਂ ਬਾਜ਼ਾਰੋਂ ਤਾਂ ਬਹੁਤ ਘੱਟ ਖਰੀਦਦੇ, ਕਦੇ ਟਮਾਟਰ ਲੈ ਲਏ, ਕਦੇ ਗੰਡੇ ਗੁੰਡੇ ਲੈ ਲੈਂਦੇ, ਨਹੀਂ ਤਾਂ ਫਿਰ ਸਾਰਾ ਕੁਛ ਘਰੇ ਹੀ ਹੁੰਦਾ। ਪੰਜਾਬ ਦਾ ਸਿੱਖ ਇਤਿਹਾਸ ਵੀ ਪੜ੍ਹਦੇ ਰਹੇ? ਹਾਂਜੀ ਮੋਟਾ। ਹਾਂਜੀ, ਕਿਹੜੇ ਕਿਹੜੇ ਚੀਜ਼ਾਂ ਪੜ੍ਹੀਆਂ, ਕਿੱਥੇ ਕਿੱਥੇ ਗਏ ਪੰਜਾਬ ਦੇ, ਕਿਹੜੇ ਕਿਹੜੇ ਧਾਰਮਿਕ ਸਥਾਨਾਂ? ਮੈਂ ਇੱਕ ਤਾਂ ਹਰਿਮੰਦਰ ਸਾਹਿਬ ਦੇ ਜਾਂਦੇ ਜਾਂਦੇ ਨੇ, ਅਤੇ ਫਤਿਹਗੜ੍ਹ ਸਾਹਿਬ ਵੀ ਗਏ ਹੋਏ। ਆ ਪਿੱਛੇ ਅਸੀਂ ਸੈਦੋਵਾਲ ਗੁਰਦੁਆਰਾ ਇੱਥੇ ਨੇੜੇ, ਅਸੀਂ ਉੱਧਰ ਵੀ ਜਾਂਦੇ ਰਹੇ। ਮੈਂ ਸਿੱਖੀ ਬਾਰੇ ਪੜ੍ਹਿਆ, ਅਤੇ ਜ਼ਿਆਦਾਤਰ ਅਸੀਂ ਪੜ੍ਹਨ ਨਾਲੋਂ ਮੈਨੂੰ ਵਧੀਆ ਲੱਗਦਾ ਵੀ ਅਸੀਂ ਦਾਦਾ ਦਾਦੀ ਕੋਲ ਬਹਿ ਕੇ ਸੁਣਦੇ, ਵੀ ਉਹ ਦੱਸਦੇ ਹੁੰਦੇ ਸੀ ਵੀ ਇੱਦਾਂ। ਅੱਛਾ, ਉਹ ਦੱਸਦੇ ਸੀ, ਉਹਨਾਂ ਸੁਣਦੇ ਸੀ, ਉਹਨਾਂ ਦੇ ਸੁਣਦੇ ਹੁੰਦੇ ਸੀ ਇਤਿਹਾਸ ਬਾਰੇ। ਹਾਂਜੀ। ਮਹਿਸੂਸ ਕੀ ਕਰਦੇ ਹੋ ਜਦੋਂ ਦਰਬਾਰ ਸਾਹਿਬ ਜਾਂਦੇ ਹੋ, ਕੀ ਮਹਿਸੂਸ ਹੁੰਦਾ ਉੱਥੇ? ਕਿਉਂਕਿ ਬਹੁਤ ਰੂਹਾਨੀਅਤ ਦਾ ਕੇਂਦਰ ਆ, ਹਰ ਕੋਈ ਬੰਦਾ ਉੱਥੇ ਆਪਣੀ ਮਨੋਕਾਮਨਾ ਲੈ ਕੇ ਜਾਂਦਾ, ਆਪਣੇ ਰੂਹ ਨੂੰ ਸਕੂਨ ਲੈਣ ਉੱਥੇ ਜਾਂਦਾ, ਕੀ ਮਹਿਸੂਸ ਕਰਦੇ? ਮੈਨੂੰ ਤਾਂ ਸ਼ਾਂਤੀ ਹੁੰਦੀ ਹੈ ਜਾ ਕੇ, ਵੀ ਮਨ ਨੂੰ ਜਿੱਦਾਂ ਮਤਲਬ ਪੂਰਾ ਬੋਝ ਹੋਵੇ ਨਾ ਬੰਦੇ 'ਤੇ ਵੀ ਮੇਰੇ ਆਹ ਵੀ ਹੈਗੇ, ਇੱਧਰ ਵੀ ਟਰੱਕ ਫਸੇ ਨੇ, ਇੱਧਰੋਂ ਜ਼ਮੀਨ ਦਾ ਵੀ ਇਹ ਜੋ ਵੀ ਸਾਰਾ ਕੁਛ ਖਤਮ ਹੋ ਜਾਂਦਾ ਜਾ ਕੇ। ਵੀ ਬੰਦੇ ਜਿੱਥੇ ਜਦੋਂ ਬਹਿ ਜਾਂਦੇ ਨੇ ਜੇ ਕੈਂਟਾ ਉੱਥੇ ਬੈਠੇ ਰਹੋ ਤਾਂ ਮਨ ਨੂੰ ਸ਼ਾਂਤੀ ਹੈ ਵੀ ਕੋਈ ਉਹ ਇਹ ਵੀ ਸਾਰਾ ਕੁਛ ਆਪੀ ਸਹੀ ਹੋ ਜਾਏਗਾ। ਇੱਥੇ ਫਿਰ ਤੁਹਾਡੇ ਫਾਦਰ ਸਾਹਿਬ ਹੋਣੀ ਕਿੰਨੇ ਭਰਾ ਸੀ? ਡੈਡੀ ਮੇਰੇ ਇੱਕ ਭਰਾ ਇੱਕ ਭੈਣ ਹੈ, ਅਤੇ ਆਹੋ ਇੱਕ ਹੋਰ ਮਤਲਬ ਖੇਤੀ ਇਕੱਠਿਆਂ ਦੀ ਫਿਰ ਸਾਰੇ ਤਿੰਨ ਭੈਣ ਭਰਾਵਾਂ ਨੇ ਸਾਡੇ। ਤਾਇਆ ਤਾਂ ਮੇਰੇ ਡੈਡੀ ਦੇ ਖੇਤੀ ਸਾਰੇ ਅਸੀਂ ਇੱਥੇ ਇਕੱਠੇ ਕਰਦੇ ਠੀਕ ਕਰਦੇ। ਹੋਰ ਸਟਾਰਟਿੰਗ ਦੇ ਦੌਰ ਦੇ ਵਿੱਚ ਕਿਹੜੀਆਂ ਕਿਹੜੀਆਂ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਤੁਹਾਨੂੰ ਜਦੋਂ ਇੱਥੇ ਆਏ ਸੀ? ਇੱਥੇ ਸਟਾਰਟਿੰਗ ਦੇ ਵਿੱਚ ਤਾਂ
ਪਹਿਲਾਂ ਤਾਂ ਜਦੋਂ ਮੈਂ ਪਿੰਡ ਆਇਆ ਸੀ ਤੇ ਲੈਂਗੁਏਜ ਬੈਰੀਅਰ ਬਹੁਤ ਵੱਡੀ ਪ੍ਰੋਬਲਮ ਸੀ ਮੈਨੂੰ ਸਿਰਫ ਦੱਸਣਾ ਮੈਂ ਤਾਂ ਇਸ਼ਾਰੇ ਨਾਲ ਕਰਦਾ ਸੀ ਵੀ ਮੈਂ ਰੋਟੀ ਖਾਣੀ ਹੈ ਓਕੇ ਤੇ ਉਹਦੇ ਘਰ ਦੇ ਵਿੱਚ ਕੋਈ ਨਹੀਂ ਸੀ ਪੜ੍ਹਿਆ ਲਿਖਿਆ ਵੀ ਇੰਗਲਿਸ਼ ਸਮਝ ਸਕੇ ਨਹੀਂ ਕੋਈ ਇੰਨਾ ਹੈ ਨਹੀਂ ਸੀ ਇੰਗਲਿਸ਼ ਦੇ ਵਿੱਚ ਬਹੁਤ ਘੱਟ ਬੋਲਦੇ ਸੀ ਬਸ ਇੰਨਾ ਕਿ ਵੀ ਜਦੋਂ ਕਿਸੇ ਨੇ ਦੱਸਿਆ ਵੀ ਯੂ ਨੋ ਓਕੇ ਬਸ ਇੰਨਾ ਇੰਨਾ ਕੁ ਹੀ ਹੁੰਦਾ ਸੀ ਤੇ ਬਾਲਾ ਕਿਸੇ ਨੂੰ ਕੁਛ ਹੁੰਦਾ ਨਹੀਂ ਸੀ ਫਿਰ ਮੈਂ ਬਿਮਾਰ ਵੀ ਬਹੁਤ ਜ਼ਿਆਦਾ ਹੋਇਆ ਸੀ ਆ ਕੇ ਇੱਥੇ ਇੱਕ ਵਾਰੀ ਤਾਂ ਮੇਰੇ ਦੂਜਾ ਤੀਜਾ ਦਿਨ ਸੀ ਮੈਂ ਪਿੰਡ ਦੇ ਵਿੱਚ ਸੀ ਫਿਰ ਮੈਂ ਇੱਥੇ ਹਸਪਤਾਲ ਗਿਆ ਸੀ ਜਾਖਲ ਮੰਡੀ ਦੇ ਵਿੱਚ ਅਤੇ ਉੱਥੇ ਟੀਕੇ ਟੂਕੇ ਲਾ ਕੇ ਸੈੱਟ ਹੋਏ ਸੀ ਫਿਰ ਮੈਂ ਜਲੰਧਰ ਚਲੇ ਗਿਆ ਸੀ ਪਹਿਲਾਂ ਜਾਣੀ ਕਿ ਇਹ ਸਮੱਸਿਆ ਵੀ ਆਈ ਕਿ ਲੈਂਗੁਏਜ ਕਰਕੇ ਵੀ ਖਾਣਾ ਵੀ ਮੰਗ ਕੇ ਸਾਰਾ ਕਰਕੇ ਹਾਂ ਇਸ਼ਾਰਾ ਕਰਕੇ ਮੰਗਣ ਬੰਦੇ ਆਹੋ ਉਦੋਂ ਆਪਣਾ ਇੱਕ ਗਰਮੀ ਵੀ ਬਹੁਤ ਸੀ ਉਦੋਂ ਮੈਂ ਆਇਆ ਸੀ ਜੁਲਾਈ ਦੇ ਟਾਈਮ ਦੇ ਵਿੱਚ ਅਤੇ ਇੱਕ ਗਰਮੀ ਸੀ ਇੱਕ ਲੈਂਗੁਏਜ ਬੈਰੀਅਰ ਸੀ ਅਤੇ ਉੱਦਾਂ ਹੀ ਬੰਦੇ ਨੂੰ ਉਪਰਾ ਥਾਂ ਜਾ ਕੇ ਹੁੰਦਾ ਹੀ ਹੈ ਵੀ ਮੈਂ ਕਿੱਥੇ ਆਇਆ ਕਿ ਕਿਹਦੇ ਨਾਲ ਮੈਂ ਗੱਲ ਕੀ ਕਰਾਂ ਜਨਮ ਅਮੈਰੀਕਾ ਦੇ ਵਿੱਚ ਹੋਇਆ ਸੀ ਹੈ ਨਾ ਤੁਸੀਂ ਗੋਰੇ ਸੀ ਤਾਂ ਫਿਰ ਘਰਦਿਆਂ ਨੇ ਅਡਾਪਟ ਜਲਦੀ ਕਰ ਲਿਆ ਸੀ ਇੱਥੇ ਵਾਲੇ ਪਰਿਵਾਰ ਨੇ ਕਿੰਨਾ ਉਹਦੇ ਵਿੱਚ ਵੀ ਕੋਈ ਚੀਜ਼ਾਂ ਹੋਈਆਂ ਨਹੀਂ ਨਹੀਂ ਹੌਲੀ ਹੌਲੀ ਟਾਈਮ ਲੱਗਦਾ ਕਿ ਵੀਰ ਇਹਨਾਂ ਕੋਲ ਮਿਲਣ ਨੂੰ ਤਾਇਆ ਜਿਹੜਾ ਮੇਰਾ ਤਾਇਆ ਸੀ ਉਹ ਬਾਹਰ ਰਹਿੰਦੇ ਸੀ ਅੱਛਾ ਉਹ ਵਾਪਸ ਆ ਗਏ ਸੀ ਜਦੋਂ ਮੈਂ ਇੱਥੇ ਆ ਗਏ ਸੀ ਉਦੋਂ ਉਹ ਵੀ ਵਾਪਸ ਆ ਗਏ ਸੀ ਮੈਨੂੰ ਲੱਗਦਾ ਸਾਲ ਕੁ ਬਾਅਦ ਆਏ ਸੀ ਉਹਨਾਂ ਨਾਲ ਸੀ ਉਹ ਵੀ ਇਕੱਠੇ ਰਹਿੰਦੇ ਤੇ ਉਹ ਇਕੱਠੇ ਰਹਿੰਦੇ ਸੀ ਤੇ ਉਹਨਾਂ ਨਾਲ ਮੇਰੇ ਪਿਆਰ ਕੁਛ ਜ਼ਿਆਦਾ ਹੀ ਹੈ ਡੂੰਘਾ ਪਿਆਰ ਸੀ ਆਹੋ ਅਤੇ ਆਪਣੇ ਤਾਈ ਵੀ ਹੈ ਅਤੇ ਉਹਨਾਂ ਨਾਲ ਵੀ ਬਹੁਤ ਬਣਦੀ ਸੀ ਦਾਦੀ ਤਾਂ ਮੇਰੇ ਇੱਦਾਂ ਨੇ ਵੀ ਸਾਰਿਆਂ ਨੂੰ ਪਿਆਰ ਕਰਦੇ ਇੱਦਾਂ ਦਾ ਕੋਈ ਨਹੀਂ ਹੈ ਮੈਨੂੰ ਐਂ ਨਹੀਂ ਫੀਲ ਹੋਇਆ ਵੀ ਮੈਂ ਕਿਤੇ ਉਪਰਾ ਤਾਂ ਆਇਆ ਵੀ ਕਿਤੇ ਹੋ ਵੀ ਜਿੱਦਾਂ ਬੰਦੇ ਨੂੰ ਹੁੰਦੇ ਨੇ ਵੀ ਘਰ ਦੇ ਵਿੱਚ ਕਿਸੇ ਦੇ ਘਰ 'ਚ ਆਇਆ ਮੈਨੂੰ ਐਂ ਸੀ ਆਪਣਾ ਘਰ ਆਇਆ ਹੋਇਆ ਓਕੇ ਅਤੇ ਜਦੋਂ ਮੈਂ ਆਇਆ ਸੀ ਜਲੰਧਰ ਮੈਂ ਰਿਹਾ ਸੀ ਜੀ ਦੋ ਸਾਲ ਮੈਂ ਦੋ ਸਾਲ ਮੇਰੇ ਤਾਇਆ ਦਾ ਦੋਸਤ ਹੈ ਉਹ ਵਰਿੰਦਰ ਨਾਮ ਉਹਨਾਂ ਦਾ ਪੰਜਾਬ ਪੁਲਿਸ 'ਚ ਕੰਮ ਕਰਦੇ ਅਤੇ ਉਹਨੂੰ ਮੈਂ ਤਾਇਆ ਕਹਿੰਦਾ ਅਤੇ ਉਹ ਅਤੇ ਉਹਦੇ ਵਾਈਫ ਉਹ ਵੀ ਮੇਰੇ ਤਾਇਆ ਤਾਈ ਨੇ ਉਹਨਾਂ ਨੇ ਮੈਨੂੰ ਪਾ ਲਿਆ ਸੀ ਦੋ ਸਾਲ ਇੱਦਾਂ ਰੱਖਿਆ ਸੀ ਜਿੱਦਾਂ ਆਪਦਾ ਮੁੰਡਾ ਉਹਨਾਂ ਦਾ ਆਪ ਇੱਕ ਮੁੰਡਾ ਸੀ ਇੱਕ ਕੁੜੀ ਦੋਨਾਂ ਦੇ ਇੱਕ ਮੁੰਡਾ ਜਸਕੀਰ ਅਤੇ ਕੁੜੀ ਗੁਰਲੀਨ ਹੈ ਅਤੇ ਉਹ ਵੀ ਭੈਣ ਭਰਾ ਵਾਂਗੂ ਅਸੀਂ ਰਹੇ ਸੀ ਅਤੇ ਉਹ ਵੀ ਮੈਨੂੰ ਇੱਦਾਂ ਰੱਖਿਆ ਜਿੱਦਾਂ ਆਪਦਾ ਮੁੰਡਾ ਹੁੰਦਾ ਜੀ ਮੈਨੂੰ ਬਹੁਤ ਪਿਆਰ ਉਹਨਾਂ ਨਾਲ ਵੀ ਬਹੁਤ ਪਿਆਰ ਹੈ ਹੁਣ ਕਿੰਨੀ ਏਜ ਤੁਹਾਡੀ ਹੋ ਗਈ ਹੈ ਮੈਂ 33 ਸਾਲ ਦਾ ਬਚਪਨ ਫਿਰ ਜਿੱਥੇ ਆਪਾਂ ਹੁਣ ਇੰਟਰਵਿਊ ਕਰ ਰਹੇ ਹਾਂ ਇਹੀ ਮੋਟਰ 'ਤੇ ਬੈਠ ਕੇ ਇਹੀ ਖੇਤਾਂ ਦੇ ਵਿੱਚ ਬਿਤਾਇਆ ਘੁੰਮਦੇ ਫਿਰਦੇ ਹਾਂਜੀ ਅਸੀਂ ਤਾਂ ਇੱਥੇ ਆਉਂਦੇ ਹੁੰਦੇ ਸੀ ਮੈਂ ਅਤੇ ਮੇਰੇ ਤਾਇਆ ਦਾ ਮੁੰਡਾ ਸੀ ਸਾਈਕਲ ਲੈ ਕੇ ਇੱਥੇ ਆ ਜਾਂਦਾ ਸੀ ਇੱਕ ਦੂਜੇ ਖੇਤ ਵਗ ਜਾਂਦਾ ਸੀ ਅੱਜ ਬੱਚਾ ਇੱਥੇ ਹੈਗਾ ਅਸੀਂ ਇੱਥੇ ਨਹਾਉਂਦੇ ਹੁੰਦੇ ਸੀ ਜੀ ਬੱਚੇ 'ਚ ਤੁਸੀਂ ਜਦੋਂ ਵਿਆਹ ਕਰਾਇਆ ਫਿਰ ਵਿਆਹ ਇੱਥੇ ਪੰਜਾਬ 'ਚ ਹੋਇਆ ਜਾਂ ਫਿਰ ਬਾਹਰ ਕਰਾਇਆ ਵਿਆਹ ਨਹੀਂ ਇੱਥੇ ਹੀ ਹੋਇਆ ਸੀ ਇੱਥੇ ਫਿਰ ਮੰਮਾ ਡੈਡੂ ਨਹੀਂ ਸਾਰੇ ਆਏ ਫਿਰ ਇੱਥੇ ਸਾਰੇ ਇੱਥੇ ਸਾਰੇ ਪਰਿਵਾਰ ਆਏ ਸੀ ਕੁੜੀ ਕਿਹਨੇ ਲੱਭ ਕੇ ਦਿੱਤੀ ਕਿਹਨੇ ਪਸੰਦ ਕੀਤੀ ਤਾਇਆ ਨੇ ਲੱਭ ਕੇ ਦਿੱਤੀ ਓਕੇ ਹਾਂਜੀ ਅਤੇ ਹੁਣ ਕੀ ਸੋਚਿਆ ਵੀ ਹੁਣ ਬਿਜ਼ਨਸ ਹੋਰ ਵਧਾ ਰਹੇ ਹੋ ਕਿਸ ਤਰੀਕੇ ਦੇ ਨਾਲ ਕਰ ਰਹੇ ਬਿਜ਼ਨਸ ਜਿੱਥੇ ਹੈਗਾ ਸਹੀ ਹੈ ਵਧਾਉਣਾ ਤਾਂ ਨਹੀਂ ਵੇਖ ਰਹੇ ਬਸ ਆਪਣੇ ਥੋੜ੍ਹਾ ਉਰਾਂ ਪਰਾਂ ਵੀ ਵੇਖਦੇ ਵੀ ਕੁਛ ਹੋਰ ਕਿਸੇ ਚੀਜ਼ 'ਚ ਹੱਥ ਪਾ ਲੈਂਦੇ ਹਾਂ ਅਤੇ ਹੁਣ ਜਾਣੀ ਕਿ ਪੱਕਾ ਹੀ ਜਾਣੀ ਕਿ ਸੋਚ ਲਿਆ ਵੀ ਪੰਜਾਬ 'ਚ ਹੀ ਰਹਿਣਾ ਤੁਸੀਂ ਪੰਜਾਬ ਦੀ ਮਿੱਟੀ ਹਾਲੇ ਤਾਂ ਇੱਥੇ ਹੀ ਹੈ ਹਾਲੇ ਤਾਂ ਸੋਚ ਆਹੀ ਹੈ ਵੀ ਇੱਥੇ ਰਹਾਂਗੇ ਜੇਕਰ ਸਮਾਂ ਬਾਹਰ ਚਲੇ ਜਾਂਦੇ ਹੋ ਹਾਲੇ ਤਾਂ ਵੇਖਦੇ ਹਾਂ ਮੈਂ ਇੱਥੇ ਮੈਨੂੰ ਆਪਣਾ 4-5 ਮਹੀਨੇ ਹੋ ਗਿਆ ਇਹਨੂੰ ਅਤੇ ਇੱਥੇ ਰਹਾਂਗੇ ਵੇਖਦੇ ਹਾਂ ਜੇ ਲੋੜ ਪੈ ਜਾਏ ਅਸੀਂ ਬਾਹਰ ਤੁਰ ਜਾਵਾਂਗੇ ਡੈਡੀ ਇੱਥੇ ਆ ਜਾਣਗੇ 2-3 ਮਹੀਨੇ ਵਾਸਤੇ ਫਸਲ ਵੀ ਤਿਆਰ ਆ ਝੋਨੇ ਦੀ ਫਸਲ ਵੀ ਤਿਆਰ ਆ ਆਹ ਬਸ 2-3 ਹਫ਼ਤੇ ਤੱਕ ਇਹਦਾ ਵੀ ਹੋ ਜਾਣਾ ਇਹ ਜਾਣੀ ਇਹ ਵੱਢ ਕੇ ਜਾਵਾਂਗੇ ਫਿਰ ਤਾਂ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸਮਾਂ ਹਾਂਜੀ ਤਾਂ ਰਾਜ ਸਿੰਘ ਪੰਗੂ ਸਾਡੇ ਨਾਲ ਸੀ ਇੰਟਰਵਿਊ ਦੇ ਵਿੱਚ ਕਈ ਅਹਿਮ ਗੱਲਾਂ ਸਾਂਝੀਆਂ ਕੀਤੀਆਂ ਕਿਵੇਂ ਪੰਜਾਬ ਦੀ ਮਿੱਟੀ ਦੇ ਨਾਲ ਲਗਾਅ ਹੋਇਆ ਕਿਵੇਂ ਪੰਜਾਬ ਦੀ ਮਿੱਟੀ ਇਹਨਾਂ ਨੂੰ ਇੱਥੇ ਖਿੱਚ ਕੇ ਲੈ ਆਈ ਭਾਵੇਂ ਕਿ ਇਹਨਾਂ ਦੇ ਜਿਹੜੇ ਪਿਤਾ ਨੇ ਉਹ ਪੰਜਾਬੀ ਨੇ ਮੰਮਾ ਗੋਰੇ ਨੇ ਤਾਂ ਉੱਥੇ ਜਦੋਂ ਆਪਸ ਵਿੱਚ ਵਿਆਹ ਹੋਇਆ ਤਾਂ ਉਸ ਤੋਂ ਬਾਅਦ ਇਹਨਾਂ ਦਾ ਜਨਮ ਜਿਹੜਾ 1991 ਦੇ ਵਿੱਚ ਹੁੰਦਾ 12 ਸਾਲ ਦੀ ਉਮਰ ਦੇ ਵਿੱਚ ਅਮੈਰੀਕਾ ਛੱਡ ਕੇ ਪੰਜਾਬ ਦੀ ਧਰਤੀ 'ਤੇ ਆ ਵਸੇ ਤਾਂ ਉਸ ਤੋਂ ਬਾਅਦ ਪੰਜਾਬ ਦੇ ਵੱਖ ਵੱਖ ਇਲਾਕਿਆਂ ਦੇ ਵਿੱਚ ਇਹਨਾਂ ਨੇ ਪੜ੍ਹਾਈ ਕੀਤੀ ਤਾਂ ਫਿਰ ਪੰਜਾਬ ਦੇ ਕਲਚਰ ਨੂੰ ਅਡਾਪਟ ਕੀਤਾ ਖੇਤਾਂ ਦੇ ਵਿੱਚ ਖੇਤੀ ਖੁਦ ਕਰਦੇ ਨੇ ਟਰੈਕਟਰ ਆਪ ਚਲਾਉਂਦੇ ਨੇ ਤਾਂ ਪੂਰਾ ਪਰਿਵਾਰ ਆ ਜਿਹੜਾ ਉਹ ਬਿਜ਼ਨਸ ਦੇ ਵਿੱਚ ਵੀ ਲੱਗਿਆ ਹੋਇਆ ਟਰੱਕ ਚੱਲਦੇ ਨੇ ਬਾਹਰ ਤਾਂ ਬੜੀ ਸਖਤ ਮਿਹਨਤ ਕਰਕੇ ਉੱਥੇ ਟਰੱਕਾਂ ਦਾ ਕਾਰੋਬਾਰ ਖੜ੍ਹਾ ਕੀਤਾ 60-70 ਦੇ ਕਰੀਬ ਟਰੱਕ ਨੇ ਤਾਂ ਉਹਨਾਂ ਟਰੱਕਾਂ 'ਤੇ ਵੀ ਪੰਜਾਬੀ ਜਿਹੜੇ ਡਰਾਈਵਰ ਨੇ ਉਹ ਇਹਨਾਂ ਦੇ ਕਾਰੋਬਾਰ ਦੇ ਵਿੱਚ ਆਪਣੀ ਸੇਵਾ ਨਿਭਾ ਰਹੇ ਨੇ ਕੰਮ ਕਰ ਰਹੇ ਨੇ ਤਾਂ ਉਹਨਾਂ ਨੂੰ ਵੀ ਪਹਿਲ ਦਿੱਤੀ ਹੋਈ ਆ ਤਾਂ ਕਈ ਗੱਲਾਂ ਜਿਹੜੀਆਂ ਹੁਣ ਤੱਕ ਦੇ ਸਫ਼ਰ ਦੀਆਂ ਇਹਨਾਂ ਨੇ ਸਾਂਝੀਆਂ ਕੀਤੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਅੱਗੇ ਪਰਿਵਾਰ ਨੇ ਮਿਹਨਤ ਕੀਤੀ ਇਹਨਾਂ ਦੇ ਫਾਦਰ ਸਾਹਿਬ ਇੱਥੋਂ
पंजाब की धरती तो अमेरिका दे विच जा वसे तो उसते जाके बहुत ज़्यादा सख्त मेहनत की तो फिर सारा यह कारोबार खड़ा किया। तो इन्हों भी जोड़ा विह हो चुकया एक बेटी इन्ह की भैन आ वह भी पंजाब की धरती पर रह के इतें ही पढ़ाई कर रही है तो पूरा परिवार कट्ठे मिल के खेती कर रहा। साथी सुखजिंदर सिंह कुलदीप सिंह पोड़े रोजाना स्पोक्समैन टीवी लहरा गग।